ਨੂੰ ਵੀ ਪਹਿਨ ਦੇ ਰਹੇ, ਟਿੱਕੇ ਵੀ ਲੱਗਦੇ ਰਹੇ। ਪਰ ਹਜ਼ੂਰ ਕਹਿੰਦੇ ਨੇ ਮਖਤਾਵੇਗਾ, ਜਦੋਂ ਇਸ ਮੌਕੇ ਤੇ ਕੋਈ ਭੁੱਲ ਕੇ ਵੀ ਕੋਈ ਪੂਜਾ ਕਰਨ ਵਾਸਤੇ ਨਹੀਂ ਜਾਵੇਗਾ। ਦੇਵ ਪੀਰ ਬਸਾਰ ਕਾ, ਆਪਣੇ ਦੇਵਤਿਆਂ ਨੂੰ ਆਪਣੀ ਪੀਰਾਂ ਨੂੰ ਭੁਲਾ ਕੇ ਪਰਮੇਸ਼ਰ ਆਪ ਕਹਾਂਗੇ, ਆਪਣੇ ਆਪ ਨੂੰ ਹੀ ਪਰਮੇਸ਼ਵਰ ਕਹਾਂਗੇ, ਆਪਣੇ ਆਪ ਨੂੰ ਹੀ ਰੱਬ ਸਦਵਾਣਗੇ। ਨਰ ਭਾਤ ਭਾਤਨ ਏਕ ਕੋ ਕਹਿੰਦੇ ਨੇ, ਹਾਂਜੀ, ਨਰ ਭਾਤ ਭਾਤਨ ਏਕ ਕੋ ਜੁਰ ਏਕ ਏਕ ਉਡਾਏਗੇ। ਕਹਿੰਦੇ ਨੇ ਇੱਕ ਇੱਕ ਆਦਮੀ ਜਿਹੜਾ ਤਰ੍ਹਾਂ ਤਰ੍ਹਾਂ ਦੇ ਧਰਮਾਂ ਦੇ ਨਾਲ ਜੁੜ ਜੁੜ ਕੇ ਇੱਕ ਦੂਸਰੇ ਨੂੰ ਧਰਮ ਤੋਂ ਉਡਾ ਦੇਣਗੇ, ਧਰਮ ਤੋਂ ਹਟਾ ਦੇਣਗੇ, ਧਰਮ ਤੋਂ ਗੁਮਰਾਹ ਕਰਨਗੇ ਜੀ। ਇੱਕ ਮਾਸ ਦੋ ਮਾਸ ਲਓ, ਕਹਿੰਦੇ ਨੇ ਇੱਕ ਮਹੀਨੇ ਤੱਕ ਦੋ ਮਾਸ ਲਓ, ਦੋ ਮਹੀਨਿਆਂ ਲਓ ਤੱਕ, ਇੱਕ ਮਹੀਨੇ ਤੱਕ ਦੋ ਮਹੀਨਿਆਂ ਤੱਕ, ਅੱਧ ਮਾਸ ਲਓ ਤੈ ਚਲਾਹੇਂਗੇ, ਕਹਿੰਦੇ ਅੱਧ ਮਾਸ ਲਓ ਚਲਾਹੇਂਗੇ, ਅੱਧੇ ਮਹੀਨੇ ਤੱਕ ਵੀ ਧਰਮਾਂ ਨੂੰ ਚਲਾਣਗੇ। ਉਹ ਧਰਮ ਵੀ ਵਕਤ ਆਉਣ ਤੇ ਕਾਇਮ ਹੋਵੇਗਾ ਜਿਹੜਾ 15 ਦਿਨ ਰਹਿ ਸਕੇਗਾ। ਐਸੇ ਐਸੇ ਧਰਮ ਵੀ ਹੋਣਗੇ, ਵੱਖਰੇ ਵੱਖਰੇ ਧਰਮ ਹੋਣਗੇ। ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਥੋੜੀ ਹੋਵੇਗੀ, ਮਗਰ ਧਰਮ ਦਾ ਅਡੰਬਰ ਜ਼ਿਆਦਾ ਹੋਵੇਗਾ, ਧਰਮਾਂ ਦੇ ਨਾਮ ਜ਼ਿਆਦਾ ਹੋਣਗੇ। ਅੰਤ ਬੂਮਰ ਪਾਨ ਜਿਉ ਮਤ ਆਪ ਹੀ ਮਿਟ ਜਾਏਗੇ, ਅੰਤ ਬੂਮਰ ਪਾਨ ਜਿਉ ਮਤ ਆਪ ਹੀ ਮਿਟ ਜਾਏਗੇ। ਅੰਤ ਇਹ ਧਰਮ ਜਿਹੜੇ ਇੱਕ ਮਹੀਨਾ ਜਾਂ ਦੋ ਮਹੀਨੇ ਜਾਂ 15 ਦਿਨਾਂ ਤੱਕ ਧਰਮ ਲੋਕਾਂ ਦੇ ਸਾਹਮਣੇ ਵਿਖਾਈ ਦੇਣ ਲੱਗੇ, ਅਖੀਰ ਨੂੰ ਉਹ ਧਰਮ ਕਹਿੰਦੇ ਨੇ ਬੂੰਬਰ ਪਾਨ, ਜਿਵੇਂ ਬੁੱਧ ਪਾਣੀ ਦਾ ਬੂੰਬਰ ਬੁੱਧਬਦਾ ਹੁੰਦਾ, ਪਾਣੀ ਦੇ ਬੁੱਧਬਦੇ ਜੈਸੇ ਵਾਂਗ ਮਿਟ ਜਾਣਗੇ, ਸਮਾਪਤ ਹੋ ਜਾਣਗੇ। ਦੇਵ ਔਰ ਕਦੇਵ ਕੇ ਦੋ ਦੁੱਖ ਕੈ ਮਤ ਡਾਰ ਹੈ, ਕਹਿੰਦੇ ਨੇ ਫਿਰ ਵੇਦਾਂ ਧਰਮ ਗ੍ਰੰਥਾਂ ਔਰ ਕਦੇਵ ਇਸਲਾਮ ਦੇ ਧਰਮ ਗ੍ਰੰਥਾਂ ਦੇ ਮੁਤਾਬਿਕ ਜਿਹੜੇ ਧਰਮ ਦੇ ਸਿਧਾਂਤ ਬਣਾਏ ਗਏ ਨੇ, ਲੋਕ ਉਹਨਾਂ ਨੂੰ ਤਿਆਗ ਸਿੱਟਣਗੇ, ਉਹਨਾਂ ਨੂੰ ਖੁਦ ਰੱਦ ਕਰ ਦੇਣਗੇ ਕਿ ਵੇਦਾਂ ਤੇ ਕਿਤਾਬਾਂ ਦਾ ਜਿਹੜਾ ਸਿਧਾਂਤ ਹੈ ਉਹ ਗਲਤ ਹੈ। ਦੂਸਰੇ ਪਾਸੇ ਜੋ ਬਜ਼ੁਰਗਾਂ ਨੇ ਧਰਮ ਦੀ ਪਰੰਪਰਾ ਕਾਇਮ ਕੀਤੀ ਹੈ ਉਹ ਠੀਕ ਨਹੀਂ, ਉਹ ਪੁਰਾਣਾ ਧਰਮ ਹੈ, ਹੁਣ ਮਾਡਰਨ ਯੁੱਗ ਹੈ ਤੇ ਮਾਡਰਨ ਧਰਮ ਚਾਹੀਦਾ ਹੈ। ਇਹ ਉਹ ਧਰਮ ਗ੍ਰੰਥਾਂ ਦੇ ਮਤਾਂ ਨੂੰ ਸਿਧਾਂਤ ਨੂੰ ਤੇ ਧਰਮ ਨੂੰ ਆਪ ਹੀ ਨਾਸ਼ ਕਰ ਦੇਣਗੇ। ਤੇ ਆਪਣੇ ਤੇ ਠੌਰ ਭੀਤਰ ਹਾਂ, ਹਜ਼ੂਰ ਦਸਮ ਪਾਤਸ਼ਾਹ ਉਸ ਵਿਚਾਰਧਾਰਾ ਨੂੰ ਅੱਜ ਤੋਂ 300 ਸਾਲ ਪਹਿਲਾਂ ਵਰਣਨ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਐਸਾ ਹਾਲਾਤ ਹੋਵੇਗਾ ਜਿਵੇਂ ਹਰ ਵਕਤ ਦਾ ਹਰ ਬਾਦਸ਼ਾਹ ਕਈ ਵਾਰੀ ਸਮੇਂ ਦੇ ਧਰਮ ਨੂੰ ਆਪਣੀ ਮਰਜ਼ੀ ਮੁਤਾਬਕ ਚਲਾਉਣ ਲਈ ਯਤਨ ਕਰਦਾ ਹੈ। ਸ਼ਾਹਜਹਾਂ ਦੇ ਮੌਕੇ ਤੇ ਵੀ ਕੋਸ਼ਿਸ਼ ਹੋਈ, ਅਕਬਰ ਦੇ ਮੌਕੇ ਤੇ ਵੀ ਇਹ ਕੋਸ਼ਿਸ਼ ਹੋਈ, ਔਰੰਗਜ਼ੇਬ ਦੇ ਮੌਕੇ ਤੇ ਵੀ ਇਹ ਕੋਸ਼ਿਸ਼ ਹੋਈ, ਹਿਟਲਰ ਨੇ ਵੀ ਇਹ ਯਤਨ ਕੀਤਾ ਕਿ ਬਾਈਬਲ ਵਿੱਚ ਉਹਦੀ ਮਰਜ਼ੀ ਦੇ ਮੁਤਾਬਕ ਕੁਝ ਤਬਦੀਲੀਆਂ ਕੀਤੀਆਂ ਜਾ ਸਕਣ, ਪਰ ਉਹ ਮਿਟ ਗਏ, ਸਮਾਪਤ ਹੋ ਗਏ। ਹਜ਼ੂਰ ਉਹ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਕਰਨਗੇ ਕਿ ਧਰਮ ਗ੍ਰੰਥਾਂ ਤੇ ਧਰਮਾਂ ਨੂੰ ਹਟਾ ਕੇ ਆਪਣੇ ਹਿੱਤ ਵਾਸਤੇ, ਆਪਣੇ ਮਤਲਬ ਵਾਸਤੇ, ਜਿਵੇਂ ਹਰ ਬਾਦਸ਼ਾਹ ਵਕਤ ਦਾ ਬਾਦਸ਼ਾਹ ਖਾਸ ਤੌਰ ਤੇ ਸਾਡੇ ਦੇਸ਼ ਦੇ ਹੁਕਮਰਾਨ ਆਪਣੇ ਫਾਇਦੇ ਲਈ, ਆਪਣੀ ਹਿਫਾਜ਼ਤ ਲਈ ਰੋਜ਼ ਵਿਧਾਨ ਤਬਦੀਲ ਕਰਦੇ ਰਹਿੰਦੇ ਨੇ, ਵੱਖਰੇ ਵੱਖਰੇ ਕਾਨੂੰਨ ਬਣਾਉਂਦੇ ਰਹਿੰਦੇ ਨੇ। ਇਸੇ ਤਰ੍ਹਾਂ ਲੋਕ ਪੁਰਾਣੇ ਧਰਮ ਦੀ ਵਿਚਾਰਧਾਰਾ ਨੂੰ ਤਿਆਗ ਕੇ ਆਪਣੇ ਭਲੇ ਵਾਸਤੇ ਕਹਿੰਦੇ ਨੇ ਪੁਰਾਣੇ ਧਰਮ ਦੇ ਥਾਂ ਤੇ ਕਹਿੰਦੇ ਨੇ ਆਪਣੇ ਵੱਲੋਂ ਜੰਤਰ ਤੇ ਮੰਤਰ ਉਚਾਰ ਕੇ ਮਿਲਾਵਟ ਕਰ ਦੇਣਗੇ, ਕਹਿਣਗੇ ਇਹ ਅਸਲੀ ਵਿਚਾਰਧਾਰਾ। ਇਸੇ ਲਈ ਵਿਸ਼ਨੂੰ ਪੁਰਾਣ ਦੇ ਸੰਬੰਧ ਵਿੱਚ ਜਿਹੜੇ ਸੰਸਕ੍ਰਿਤ ਦੀ ਖੋਜ ਕਰਨ ਵਾਲੇ ਵਿਦਵਾਨ ਨੇ ਉਹ ਮੰਨਦੇ ਨੇ ਕਿ ਵਿਸ਼ਨੂੰ ਪੁਰਾਣ ਵਿੱਚ
ਤਕਰੀਬਨ 118 ਸਲੋਕ ਅਜਿਹੇ ਨੇ ਜਿਨ੍ਹਾਂ ਤੇ ਸ਼ੱਕ ਪੈਂਦਾ ਹੈ ਕਿ ਇਹ ਅਸਲ ਸਲੋਕ ਨਹੀਂ ਹਨ। ਇਹ ਮੁਗਲ ਰਾਜ ਦੇ ਮੌਕੇ ਤੇ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਚਾਰੇ ਗਏ। ਇਸੇ ਤਰ੍ਹਾਂ ਹੋਰ ਧਰਮ ਗ੍ਰੰਥਾਂ ਦੇ ਸੰਬੰਧ ਵਿਚ ਵੀ ਵਿਚਾਰਾਂ ਮਿਲਦੀਆਂ ਨੇ, ਤਾਂ ਜੋ ਧਰਮ ਗ੍ਰੰਥਾਂ ਵਿਚ ਬਾਦਸ਼ਾਹ ਇਸ ਲਈ ਮਿਲਾਵਟ ਕਰਵਾਉਂਦੇ ਨੇ ਕਿ ਲੋਕ ਧਰਮ ਦੀ ਭਾਵਨਾ ਨੂੰ ਸਮਝ ਕੇ ਜਲਦੀ ਜਲਦੀ ਉਹਨਾਂ ਦੇ ਵਿਚਾਰ ਨੂੰ ਅਪਣਾ ਲੈਂਦੇ ਨੇ। ਵੇਦਾਂ ਦੇ ਸੰਬੰਧ ਵਿਚ ਵੀ ਡਾਕਟਰ ਬਲਬੀਰ ਸਿੰਘ ਜੀ ਨੇ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲੋਂ ਸੰਥਾ ਸੈਂਚੀਆਂ ਦੇ ਆਰੰਭ ਵਿਚ ਜੋ ਪ੍ਰਸਤਾਵਨਾ ਲਿਖੀ ਏ ਉਹਦੀ ਦਾਤ ਦੇਣੀ ਚਾਹੀਦੀ ਏ। ਬੜੀ ਮਿਹਨਤ ਨਾਲ ਉਹਨਾਂ ਨੇ ਉਹ ਪ੍ਰਸਤਾਵਨਾ ਦਿੱਤੀ ਏ, ਨਾਲੇ ਉਦਾਹਰਨਾਂ ਦੇ ਕੇ ਇਹ ਵੀ ਸਪਸ਼ਟ ਕੀਤਾ ਹੈ ਕਿ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਨ੍ਹਾਂ ਵਿਚ ਨਾ ਕੋਈ ਵਿਦਵਾਨ ਮਿਲਾਵਟ ਕਰ ਸਕਿਆ ਤੇ ਨਾ ਕੋਈ ਹੁਕਮਰਾਨ ਮਿਲਾਵਟ ਕਰ ਸਕਿਆ। ਇਸ ਵਾਸਤੇ ਤੇ ਕਹਿ ਰਹੇ ਨੇ, ਫਿਰ ਪੜੋ ਆਈ ਮੰਤਰ ਜੰਤਰ ਉਚਾਰ ਹੈ। ਉਹਨਾਂ ਦੇ ਥਾਂ ਤੇ ਆਪਣੇ ਆਪਣੇ ਮੰਤਰ ਆਪਣੇ ਆਪਣੇ ਜੰਤਰ ਉਚਾਰ ਕੇ ਲੋਕਾਂ ਨੂੰ ਦਰਸਾਣਗੇ ਰੱਖਣਗੇ। ਜੰਤਰ ਕੋਈ ਟੂਣਾ ਟਾਮਨ ਕੀਤਾ ਹੋਇਆ, ਸੁਭਾ ਸਵੇਰੇ ਜਦੋਂ ਇੱਥੇ ਨਮਸਕਾਰ ਕਰਕੇ ਜਾ ਰਹੇ ਸਾਂ ਸਿੰਘ ਸਾਹਿਬ ਜੀ ਦੇ ਘਰ ਨੂੰ, ਰਸਤੇ ਵਿਚ ਕਿਸੇ ਨੇ ਟੂਣਾ, ਇੱਕ ਮੁਰਗਾ ਪਿਆ ਹੋਇਆ ਸੀ, ਕੁਝ ਤੇਲ ਡੁੱਲਿਆ ਹੋਇਆ ਸੀ, ਕੁਝ ਮੌਲੀ ਪਈ ਹੋਈ ਸੀ, ਕੁਝ ਸੰਧੂਰ ਡੁੱਲਿਆ ਹੋਇਆ ਸੀ, ਮੈਂ ਕਿਹਾ ਦੇਖੋ ਇਸ ਮੁਲਕ ਵਿਚ ਵੀ ਰਹਿ ਕੇ ਕੁਝ ਲੋਕ ਅਜੇ ਵੀ ਇਹਨਾਂ ਜੰਤਰਾਂ ਮੰਤਰਾਂ ਵਾਲੇ ਪਾਸੇ ਚੱਲ ਰਹੇ ਨੇ ਜੀ। ਮੁਖ ਵੇਦ ਔਰ ਕਤੇਬ ਕੋ, ਕਹਿੰਦੇ ਨੇ ਵੇਦਾਂ ਤੇ ਕਤੇਬਾਂ ਨੂੰ ਆਪਣੇ ਮੁਖ ਤੋਂ ਕੋਈ ਨਾਮ ਨਾ ਲੈਣ ਦੇਣਗੇ। ਐਸਾ ਵਕਤ ਆਵੇਗਾ ਜਦੋਂ ਬਾਦਸ਼ਾਹ ਵੇਦਾਂ ਤੇ ਕਤੇਬਾਂ ਦੁਆਰਾ ਪਰਮੇਸ਼ਵਰ ਦੇ ਨਾਮ ਦਾ ਉਚਾਰ ਨਹੀਂ ਕਰਨ ਦੇਣਗੇ। ਕੋਈ ਵੇਦ ਨੂੰ ਮੁਖ ਤੋਂ ਨਹੀਂ ਕਹਿ ਸਕੇਗਾ, ਕੋਈ ਕੁਰਾਨ ਦੀਆਂ ਆਇਤਾਂ ਨਹੀਂ ਪੜ ਸਕੇਗਾ, ਕੋਈ ਆਪਣੇ ਮੁਖ ਤੋਂ ਪਰਮੇਸ਼ਵਰ ਦਾ ਨਾਮ ਨਹੀਂ ਲੈ ਸਕੇਗਾ, ਨਹੀਂ ਲੈਣ ਦੇਣਗੇ। ਕਿਸ ਨੂੰ ਨਾ ਕੋਈ ਪੁਨ ਤੇ, ਹਾਂਜੀ, ਕਬ ਹੂੰ ਨਾ ਕਿਉਂ ਨਹੀਂ ਦੇਣਗੇ। ਕਹਿੰਦੇ ਨੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਵੀ ਪੁਨ ਕਰਨ ਵਾਸਤੇ, ਧਰਮ ਦੇ ਕਰਮ ਵਾਸਤੇ, ਗੁਰੂ ਦੀ ਸੇਵਾ ਲਈ, ਗਰੀਬਾਂ ਦੇ ਭਲੇ ਲਈ, ਪੰਨ ਦੀ ਸੇਵਾ ਵਾਸਤੇ ਕਿਸੇ ਨੂੰ ਕੋਈ ਕੌਡੀ ਵੀ ਸੇਵਾ ਵਜੋਂ ਨਹੀਂ ਦੇਣਗੇ। ਐਸੇ ਵਕਤ ਆ ਜਾਣਗੇ ਜਦੋਂ ਲੋਕ ਸਿਰਫ ਆਪਣੇ ਪ੍ਰਤੀ ਸੋਚਣਗੇ, ਧਰਮ ਤੋਂ ਦੂਰ ਹੋ ਜਾਣਗੇ, ਔਰ ਬਾਦਸ਼ਾਹ ਐਸੇ ਆਉਣਗੇ ਜਿਹੜੇ ਲੋਕਾਂ ਨੂੰ ਧਰਮ ਵੱਲੋਂ ਰੋਕਣਗੇ, ਧਰਮ ਗ੍ਰੰਥਾਂ ਵੱਲੋਂ ਰੋਕਣਗੇ, ਔਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਵੱਲੋਂ ਰੋਕਣਗੇ। ਇਉਂ ਰੱਬ ਤੋਂ ਬੇਮੁਖ ਕਰਕੇ ਆਪਣੀ ਤਰਫ ਜੋੜਨ ਦੀ ਕੋਸ਼ਿਸ਼ ਕਰਨਗੇ। ਇਹ ਵੀ ਉਹਨਾਂ ਦਾ ਯਤਨ ਹੋਵੇਗਾ ਕਿ ਵਰਤਮਾਨ ਸਮੇਂ ਵਿਚ ਅਸੀਂ ਹੀ ਰੱਬ ਹਾਂ, ਅਸੀਂ ਹੀ ਪਰਮੇਸ਼ਵਰ ਹਾਂ, ਸਾਡੇ ਤੋਂ ਇਲਾਵਾ ਹੋਰ ਕੋਈ ਦੂਸਰਾ ਪਰਮੇਸ਼ਵਰ ਨਹੀਂ। ਇਉਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਉਣ ਵਾਲੇ ਸਮੇਂ ਦੇ ਸੰਬੰਧ ਵਿਚ ਦਸ਼ਮ ਗ੍ਰੰਥ ਦੀ ਇਹ ਪ੍ਰਸਿੱਧ ਰਚਨਾ, ਜੋ ਅਵਤਾਰ ਅਜੇ ਹੋਏ ਨਹੀਂ ਪਰ ਉਹਨਾਂ ਦੀ ਜੀਵਨ ਗਾਥਾ ਦੇ ਆਰੰਭ ਵਿਚ ਦੱਸਿਆ ਹੈ ਕਿ ਉਹਦੇ ਆਉਣ ਤੋਂ ਪਹਿਲਾਂ ਐਸੇ ਹਾਲਾਤ ਹੋ ਜਾਣਗੇ ਜਿਨ੍ਹਾਂ ਦਾ ਅਸਾਂ ਹੁਣ ਇਸ ਸਮੇਂ ਤੇ ਸਰਵਨ ਕੀਤਾ ਔਰ ਵਿਚਾਰ ਕੀਤਾ। ਇਹਨਾਂ ਵਿਚਾਰਾਂ ਨਾਲ ਅੱਜ ਦਾ ਕਥਾ ਵਿਚਾਰ ਸਮਾਪਤ ਹੈ। ਹਜ਼ੂਰ ਦੀ ਬਾਣੀ ਦਾ ਵਿਚਾਰ ਕਰਦਿਆਂ ਅਣਗਿਣਤ ਫੁੱਲਾਂ ਹੋਈਆਂ ਹੋਣਗੀਆਂ। ਆਪ ਜੀ ਨੇ ਦਾਸਰੇ ਨੂੰ ਅਣਜਾਣ ਸੇਵਕ ਸਮਝ ਕੇ ਖਿਮਾ ਬਖਸ਼ਿਸ਼ ਕਰਨੀ, ਸੰਤਾਂ ਵੱਲੋਂ ਕਥਾ ਦੇ ਸੰਬੰਧ ਵਿਚ ਬਿਆਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂ ਪਾਨ ਬੇਨਤੀ। ਮੁਖ ਭੇਦ ਔਰ ਕਤੇਬ ਕੋ ਕੋਈ ਨਾਮ ਨਾ ਲੈਣ ਦੇਂਗੇ, ਕਿਸੋਂ ਨਾ ਕੌਡੀ ਪੁੰਨ ਕੋ ਕਬ ਹੂੰ ਨਾ ਹੀ ਦੇਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਪ ਕਰਨ ਕਰੈ
ਜਹਾਂ ਤਹਾਂ ਧਰਮ ਕਰਮ ਬੇਸਾਰ ਕੈ ਨਹੀਂ ਦਰਬ ਦੇਖਤ ਛੋੜ ਲੈ ਪੁੱਤਰ ਮਿਤ ਸਿੰਘਾਰ ਕੈ ਏਕ ਨੇਕ ਉਠਾਇਆ ਮਾਤ ਤਿੰਨ ਤਿੰਨ ਜਨਮ ਦਿਨਾ ਹੋਪਟੇ ਧਰਮੰ ਸਭੈ ਕਲ ਕੇਵਲੰ ਪ੍ਰਭੜੰ ਬਿਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਕਮਾਲ, ਸਾਹਿਬ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਿਮਰਤ ਸਾਹਿਬ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਅੰਮ੍ਰਿਤ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕਰਕੇ ਆਨੰਦ ਮਾਣਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਜੋ ਕੁਝ ਆਉਣ ਵਾਲੇ ਸਮੇਂ ਦੇ ਹਾਲਾਤ ਹਨ ਉਹਨਾਂ ਦੀ ਵਿਆਖਿਆ, ਉਹਨਾਂ ਦਾ ਵਰਣਨ ਦਸਮ ਗ੍ਰੰਥ ਅੰਦਰ ਕਰ ਰਹੇ ਹਨ। ਧਰਮ ਮਨੁੱਖ ਦਾ ਲੋਕ ਸਵਾਰਦਾ ਹੈ, ਧਰਮ ਮਨੁੱਖ ਦਾ ਪਰਲੋਕ ਵੀ ਸਵਾਰਦਾ ਹੈ। ਧਰਮ ਪ੍ਰਭੂ ਵੱਲੋਂ ਮਨੁੱਖ ਨੂੰ ਇੱਕ ਅਜਿਹੀ ਬਖਸ਼ਿਸ਼ ਹੈ ਜਿਸ ਦੁਆਰਾ ਮਨੁੱਖ ਦੋਨਾਂ ਲੋਕਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਦਾ ਹੈ। ਧਰਮ ਉਹ ਮਾਰਗ ਹੈ ਜਿਸ ਮਾਰਗ ਤੇ ਚੱਲਦਿਆਂ ਮਨੁੱਖ ਸਿੱਧਾ ਵਾਹਿਗੁਰੂ ਜੀ ਤੱਕ ਪਹੁੰਚਦਾ ਹੈ। ਧਰਮ ਉਹ ਵਿਰਖਸ਼ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਇਹ ਬੂਟਾ ਉੱਗ ਪੈਂਦਾ ਹੈ, ਉਸ ਨੂੰ ਦੋਨਾਂ ਜਹਾਨਾਂ ਦੇ ਸੁੱਖਾਂ ਦੇ ਫਲ ਪ੍ਰਾਪਤ ਹੁੰਦੇ ਹਨ। ਤੇ ਧਰਮ ਉਹ ਅੰਮ੍ਰਿਤ ਹੈ ਜੋ ਮਨੁੱਖ ਦੀ ਸਰੀਰ ਦੀ ਪਿਆਸ ਵੀ ਬੁਝਾਉਂਦਾ ਹੈ ਤੇ ਮਨ ਦੀ ਪਿਆਸ ਵੀ ਮਿਟਾਉਂਦਾ ਹੈ। ਧਰਮ ਉਹ ਖੁਸ਼ਬੂ ਹੈ ਜਿਸ ਨਾਲ ਮਨੁੱਖ ਦਾ ਆਪਣਾ ਜੀਵਨ ਵੀ ਮਹਿਕਦਾ ਹੈ ਤੇ ਜਿਹੜੇ ਲੋਕ ਉਹਦੇ ਨਜ਼ਦੀਕ ਆਉਂਦੇ ਹਨ ਉਹਨਾਂ ਦੀ ਜ਼ਿੰਦਗੀ ਨੂੰ ਵੀ ਖੁਸ਼ਬੂ ਪ੍ਰਾਪਤ ਹੁੰਦੀ। ਸਮਾਂ ਆਵੇਗਾ ਜਦੋਂ ਧਰਮ ਦੀ ਭਾਵਨਾ ਤੋਂ, ਧਰਮ ਦੇ ਸਨਮਾਨ ਤੋਂ, ਧਰਮ ਦੇ ਸਤਿਕਾਰ ਤੋਂ ਲੋਕ ਬਹੁਤ ਦੂਰ ਚਲੇ ਜਾਣਗੇ।
ਸਾਹਿਬ ਕਮਾਲ ਦਸ਼ਮੇਸ਼ ਪਿਤਾ ਜੀ ਕਲਕੀ ਅਵਤਾਰ ਦੀ ਕਥਾ ਦੇ ਆਰੰਭ ਵਿੱਚ ਸਾਰੇ ਹਾਲਾਤਾਂ ਦਾ ਵਿਸਥਾਰ ਨਾਲ ਵਰਣਨ ਕਰ ਰਹੇ ਹਨ, ਪਰ ਪਹਿਲੇ ਕੁਝ ਛੰਦ, ਪਹਿਲਾ ਹਿੱਸਾ ਮਨੁੱਖੀ ਇਖਲਾਕ, ਮਨੁੱਖ ਦੇ ਆਚਾਰ, ਮਨੁੱਖ ਦੇ ਵਿਵਹਾਰ ਦੇ ਮੁਤਲਕ ਵਰਣਨ ਕਰ ਰਹੇ ਹਨ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਮਨੁੱਖੀ ਮਨ ਦੇ ਅੰਦਰ ਜੋ ਮਾਇਆ ਦੀ ਲਾਲਸਾ ਹੈ, ਧਨ ਦੀ ਜੋ ਇੱਛਾ ਹੈ, ਦੌਲਤ ਦਾ ਜੋ ਲੋਭ ਹੈ, ਉਸ ਮੁਤਲਕ ਆਰੰਭ ਵਿੱਚ ਵਰਣਨ ਕਰ ਰਹੇ ਨੇ। ਆਪਣਾ ਮਨ ਚਿੱਤ ਵਿਰਤੀਆਂ ਇਕਾਗਰ ਕਰਦਿਆਂ ਹੋਇਆਂ ਅੱਜ ਦੇ ਵਿਚਾਰ ਦਾ ਆਰੰਭਕ ਵਿਚਾਰ ਪਹਿਲਾਂ ਦਸ਼ਮੇਸ਼ ਪਿਤਾ ਜੀ ਦੇ ਸ਼ਬਦਾਂ ਵਿੱਚ ਸਰਵਨ ਕਰੀਏ ਤੇ ਫਿਰ ਮਿਲ ਕੇ ਉਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਹਜ਼ੂਰ ਫਰਮਾਉਂਦੇ ਨੇ, ਪਾਪ ਕਰਮ ਕਰੈ ਜਹਾਂ ਤਹਾਂ, ਪਾਪ ਕਰਮ ਕਰੈ ਜਹਾਂ ਤਹਾਂ। ਲੋਕ ਸੰਸਾਰ ਦੇ ਲੋਕ ਜਿੱਥੇ ਤਿੱਥੇ ਜਿੱਥੇ ਵੀ ਜਾਵਾਂਗੇ ਤੇ ਸਥਾਨ ਤੇ ਲੋਕ ਪਾਪ ਦੇ ਹੀ ਕਰਮ ਕਰਨਗੇ। ਧਰਤੀ ਉਹ ਹੈ, ਆਸਮਾਨ ਉਹ ਹੈ, ਸਿਤਾਰੇ ਉਹ ਹਨ, ਚੰਦਰਮਾ ਤੇ ਸੂਰਜ ਵੀ ਉਹ ਨੇ, ਹਵਾਵਾਂ ਉਹ ਹਨ, ਕਿਤੇ ਗਰਮ ਚੱਲ ਰਹੀਆਂ ਨੇ, ਕਿਤੇ ਸਰਦ ਚੱਲ ਰਹੀਆਂ ਹਨ। ਪਰ ਇਹ ਹਵਾਵਾਂ ਕਿਸੇ ਦੀ ਹੱਦਬੰਦੀ ਵਿੱਚ ਕੈਦ ਨਹੀਂ ਹਨ, ਇਹ ਸਾਰੀਆਂ ਹੱਦਾਂ ਉਲੰਘ ਜਾਂਦੀਆਂ ਨੇ। ਤਾਂਹੀਓ ਲੋਕਾਂ ਦੇ ਦਿਲ ਦਿਮਾਗ ਉੱਪਰ ਜੋ ਇੱਕ ਮੁਲਕ ਵਿੱਚ ਅਸਰ ਹੁੰਦਾ ਹੈ, ਦੂਸਰੇ ਥਾਂ ਤੇ ਵੀ। ਵਾਤਾਵਰਨ ਸਮੁੱਚੇ ਤੌਰ ਤੇ ਸੰਸਾਰ ਦਾ ਆਪਣੇ ਤਰੀਕੇ ਨਾਲ ਚੱਲਦਾ ਰਹਿੰਦਾ ਹੈ। ਹਾਂ, ਜਿੱਥੇ ਤਿੱਥੇ ਸਭ ਥਾਵਾਂ ਤੇ ਲੋਕ ਪਾਪ ਵਾਲੇ ਕਰਮ ਕਰਨਗੇ, ਲੋਕਾਂ ਦੀ ਪਾਪਾਂ ਵੱਲ ਵਧੇਰੇ ਰੁਚੀ ਹੋਵੇਗੀ। ਧਰਮ ਕਰਮ ਵਿਚਾਰ ਕਰ, ਧਰਮ ਵਾਲੇ ਕਰਮਾਂ ਦੇ ਤਾਈ ਭੁਲਾ ਕੇ ਲੋਕ ਜਿੱਥੇ ਤਿੱਥੇ ਸਭ ਥਾਵਾਂ ਤੇ ਪਾਪ ਵਾਲੇ ਕਰਮ ਕਰਨਗੇ। ਜਦੋਂ ਲੋਕ ਧਰਮੀ ਬਣ ਜਾਣਗੇ, ਜਦੋਂ ਲੋਕ ਧਰਮ ਦੇ ਕਰਮ ਕਰਨਗੇ, ਫਿਰ ਤੇ ਧਰਮ ਹੋ ਨਹੀਂ ਸਕੇਗਾ, ਫਿਰ ਕੋਈ ਪਾਪ ਵੀ ਨਹੀਂ ਕਰੇਗਾ। ਪਰ ਇਹ ਸਾਰਾ ਕੁਝ ਤਾਂ ਹੋਵੇਗਾ ਜਦੋਂ ਧਰਮ ਵਾਲੇ ਕਰਮ ਭੁਲਾ ਦੇਣਗੇ, ਲੋਕਾਂ ਵਿੱਚੋਂ ਧਰਮ ਦੀ ਭਾਵਨਾ, ਧਰਮ ਦੇ ਕਰਮਾਂ ਦਾ ਖਿਆਲ ਮਿਟਦਾ ਜਾਵੇਗਾ। ਅਸੀਂ ਦੇਖਦੇ ਹਾਂ ਔਰ ਸਾਡੇ ਸਾਹਮਣੇ ਐਸੇ ਹਾਲਾਤ ਹੁੰਦੇ ਨੇ, ਲੋਕ ਬੱਚਿਆਂ ਬੱਚੀਆਂ ਦੇ ਆਨੰਦ ਕਾਰਜਾਂ ਦੇ ਮੌਕੇ ਤੇ ਪਹਿਲਾਂ ਗੁਰੂ ਮਹਾਰਾਜ ਜੀ ਦਾ ਪਾਠ ਵੀ ਕਰਵਾਉਂਦੇ ਹਨ, ਕੀਰਤਨ ਵੀ ਕਰਵਾਉਂਦੇ ਹਨ, ਪਰ ਥੋੜੇ ਸਮੇਂ ਬਾਅਦ ਬਾਕੀ ਵੀ ਸਾਰਾ ਕੁਝ ਕਰਦੇ ਨੇ। ਆਖਿਰ ਕਿਉਂ? ਜੇ ਪਹਿਲਾਂ ਚੰਗਾ ਕੰਮ ਕੀਤਾ ਹੈ, ਫਿਰ ਉਸੇ ਚੰਗੇ ਕਰਮ ਵਾਲੇ ਪਾਸੇ ਪ੍ਰਵਿਰਤ ਰਹੀਏ। ਪਰ ਸਾਡੀ ਹਾਲਤ ਉਹਨਾਂ ਬੱਚਿਆਂ ਵਰਗੀ ਹੈ। ਆਪ ਜੀ ਸਭ ਪੰਜਾਬ ਨਾਲ ਸੰਬੰਧ ਰੱਖਦੇ ਹੋ, ਪੰਜਾਬ ਵਿੱਚ ਅੱਜ ਕੱਲ੍ਹ ਜ਼ਿਆਦਾ ਗਰਮੀ ਪੈਂਦੀ ਹੈ, ਪਸ਼ੂ ਚਰਾਉਣ ਵਾਲੇ ਬੱਚੇ ਜਾਂ ਉਂਝ ਖੇਲਣ ਵਾਲੇ ਬੱਚੇ ਛੁੱਟੀਆਂ ਦੇ ਸਮੇਂ ਵਿੱਚ ਪਾਣੀ ਵਿੱਚ ਨਹਾਉਂਦੇ ਨੇ। ਜਦੋਂ ਕਿਤਨਾ ਦੇਰ ਕਿਤਨਾ ਸਮਾਂ ਨਹਾਉਂਦਿਆਂ ਨਹਾਉਂਦਿਆਂ ਠੰਡ ਲੱਗਦੀ ਹੈ ਤਾਂ ਫਿਰ ਮਿੱਟੀ ਵਿੱਚ ਲੇਟਦੇ ਨੇ, ਕੋਈ ਸਮਾਂ ਮਿੱਟੀ ਵਿੱਚ ਲੇਟ ਕੇ ਫਿਰ ਪਾਣੀ ਵਿੱਚ ਛਾਲ ਮਾਰ ਦਿੰਦੇ ਨੇ।
ਨਾਲੇ ਨਹਾਉਂਦੇ ਨੇ ਨਾਲੇ ਫਿਰ ਮਿੱਟੀ ਵਿੱਚ ਲੇਟਦੇ ਨੇ। ਇਹ ਤੇ ਉਹਨਾਂ ਬੱਚਿਆਂ ਦਾ ਸੁਭਾਵ ਹੈ। ਮਨੁੱਖ ਵੀ ਕਦੇ ਧਰਮ ਦੇ ਕਰਮ ਕਰਦਾ ਹੈ ਔਰ ਫਿਰ ਬੁਰਿਆਈਆਂ ਵਾਲੇ ਕਰਮਾਂ ਵਿੱਚ ਵੀ ਲੇਟਣ ਲੱਗ ਪੈਂਦਾ। ਜਿਹੜੀ ਮੈਲ ਉਹਨੇ ਧਰਮ ਦੇ ਕਰਮ ਕਰਕੇ ਨਿਵਰਤ ਕੀਤੀ ਸੀ ਉਹ ਉਸ ਤੋਂ ਜ਼ਿਆਦਾ ਉਹਨੇ ਅਧਰਮ ਵਾਲੇ ਕਰਮਾਂ ਵਾਲੇ ਪਾਸੇ ਪਰਿਵਰਤ ਹੋ ਕੇ ਫਿਰ ਆਪਣੇ ਸਰੀਰ ਤੇ ਹੀ ਨਹੀਂ ਮਨ ਨੂੰ ਲਗਾ ਲਈ। ਹਾਂ, ਇੰਜ ਧਰਮ ਦੇ ਕਰਮਾਂ ਨੂੰ ਭੁਲਾ ਕੇ ਲੋਕ ਜਿੱਥੇ ਤਿੱਥੇ ਸਭ ਥਾਵਾਂ ਤੇ ਪਾਪ ਵਾਲੇ ਕਰਮ ਕਰਦੇ ਹਨ। ਕਾਸ਼ ਮਨੁੱਖ ਇਹ ਸਮਝ ਲੈਂਦਾ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ ਜੀਨ ਕਾ ਦਾਤਾ ਕਰਮ ਵਿਧਾਤਾ ਦੁੱਖ ਵਿਸਾਰਣ ਹਾਰ ਜੀਓ। ਆਸਾ ਸ਼ੰਤ ਮਹੱਲਾ ਪਹਿਲਾ। ਪਰ ਉਸ ਮਾਲਕ ਨੂੰ ਬਿਨਾਂ ਦੇਖੇ ਤੋਂ ਬਿਨਾਂ ਪਹਿਚਾਣੇ ਤੋਂ ਮਨੁੱਖ ਪਾਪ ਵਾਲੇ ਕਰਮ ਕਰਦਾ ਹੈ। ਜਿਸ ਦਿਨ ਮਨੁੱਖ ਆਪਣੇ ਸੱਜੇ ਪਾਸੇ ਵਾਹਿਗੁਰੂ ਜੀ ਨੂੰ ਦੇਖੇਗਾ ਔਰ ਇਹ ਸਮਝੇਗਾ ਕਿ ਮੇਰਾ ਵਾਹਿਗੁਰੂ ਮੇਰੇ ਨਾਲ ਨਾਲ ਚੱਲ ਰਿਹਾ ਹੈ, ਉਸ ਦਿਨ ਉਹ ਪਾਪ ਕਰਮ ਨਹੀਂ ਕਰ ਸਕੇਗਾ। ਪਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਦੂਰ ਸਮਝ ਕੇ ਹੀ ਮਨੁੱਖ ਗੁਨਾਹਾਂ ਵਾਲੇ ਪਾਸੇ ਪਰਿਵਰਤ ਹੁੰਦਾ। ਨਹੀਂ ਦਰਬ ਦੇਖਤ ਛੋੜਾ। ਹਾਂ, ਜਿੱਥੇ ਵੀ ਧਨ ਮਿਲੇਗਾ ਧਨ ਨੂੰ ਦੇਖ ਕੇ ਮਨੁੱਖ ਧਨ ਨੂੰ ਛੱਡਣਗੇ ਨਹੀਂ। ਜਿੱਥੇ ਵੀ ਧਨ ਨਜ਼ਰ ਆਵੇ ਜਿੱਥੇ ਵੀ ਮਨੁੱਖ ਨੂੰ ਧਨ ਪ੍ਰਾਪਤ ਹੋਵੇ ਲੋਕ ਇਹੋ ਹੀ ਸਮਝਦੇ ਨੇ ਧਨ ਕਮਾਉਣਾ ਜੀ ਕਿਸੇ ਤਰੀਕੇ ਨਾਲ ਕਮਾ ਲਈਏ, ਚਾਰ ਪੈਸੇ ਇਕੱਠੇ ਕਰਨ ਵਾਸਤੇ ਆਏ ਹਾਂ, ਕਿਸੇ ਤਰੀਕੇ ਨਾਲ ਵੀ ਕਮਾ ਸਕੀਏ। ਜੀਵਨ ਦਾ ਮੁੱਖ ਮਨੋਰਥ ਧਨ ਰਹਿ ਗਿਆ। ਹਰ ਮਨੁੱਖ ਇਹ ਸੋਚਦਾ ਧਨ ਦੇ ਨਾਲ ਮੈਨੂੰ ਵਧੇਰੇ ਸੁੱਖ ਪ੍ਰਾਪਤ ਹੋ ਜਾਵੇਗਾ। ਧਨ ਸੁੱਖਾਂ ਦੇ ਸਾਧਨ ਜ਼ਰੂਰ ਹਨ, ਧਨ ਦੁਆਰਾ ਸਾਨੂੰ ਸੁੱਖ ਜ਼ਰੂਰ ਪ੍ਰਾਪਤ ਹੋਣਗੇ, ਪਰ ਸਰੀਰ ਦੇ ਸੁੱਖ, ਧਨ ਦੇ ਸੁੱਖ, ਮਨ ਦੇ ਸੁੱਖ ਨਹੀਂ ਹਨ। ਜਿਨ੍ਹਾਂ ਮੁਲਕਾਂ ਵਿੱਚ ਜ਼ਿਆਦਾ ਧਨ ਹੈ, ਜਿਨ੍ਹਾਂ ਮੁਲਕਾਂ ਵਿੱਚ ਸਰੀਰ ਦੇ ਜ਼ਿਆਦਾ ਸੁੱਖ ਦੇ ਸਾਧਨ ਨੇ, ਮਾਨਸਿਕ ਤੌਰ ਤੇ ਲੋਕ ਉੱਥੇ ਜ਼ਿਆਦਾ ਦੁਖੀ ਮਿਲਣਗੇ। ਹਾਂ, ਧਨ ਨਹੀਂ ਛੋ ਰਹੇ। ਕਹਿੰਦੇ ਨੇ ਜਿੱਥੇ ਜਿਸ ਥਾਂ ਤੇ ਵੀ ਧਨ ਦੇਖਣਗੇ ਉੱਥੇ ਧਨ ਨੂੰ ਛੱਡਣਗੇ ਨਹੀਂ। ਹਾਂ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨੁੱਖ ਇੱਕ ਦੂਸਰੇ ਪਾਸੋਂ ਧਨ ਖੋਹਣ ਦੀ ਕੋਸ਼ਿਸ਼ ਕਰਨਗੇ। ਲੈ ਪੁੱਤਰ ਮਿੱਤਰ ਸੰਘਾਰਤਾ। ਫਿਰ ਕਿੱਥੋਂ ਤੱਕ ਜੇ ਜ਼ਰੂਰਤ ਪਵੇਗੀ ਤੇ ਬਾਪ ਪੁੱਤਰ ਨੂੰ ਵੀ ਨਾਸ਼ ਕਰ ਦੇਵੇਗਾ, ਪੁੱਤਰ ਦਾ ਗਲਾ ਵੀ ਘੁੱਟ ਦੇਵੇਗਾ। ਮੌਜੂਦਾ ਸਮੇਂ ਅੰਦਰ ਕਿਤੇ ਬਾਪ ਬੇਟੇ ਹੱਥੋਂ ਮਾਰਿਆ ਜਾਵੇ ਤੇ ਲੋਕ ਕਹਿੰਦੇ ਨੇ ਕਲਯੁਗੀ ਪੁੱਤਰ ਨੇ ਇਹ ਕਾਰਾ ਕਰ ਦਿੱਤਾ, ਕਲਯੁਗੀ ਪੁੱਤਰ ਨੇ ਬਾਪ ਦਾ ਕਤਲ ਕਰ ਦਿੱਤਾ। ਪਰ ਇੱਥੇ ਕਹਿ ਰਹੇ ਨੇ ਐਸਾ ਵਕਤ ਵੀ ਆਵੇਗਾ ਕਿ ਬਾਪ ਜਿਹੜਾ ਉਹ ਪੁੱਤਰ ਨੂੰ ਮਾਰ ਦੇਵੇਗਾ ਸਿਰਫ ਧਨ ਵਾਸਤੇ, ਦੌਲਤ ਵਾਸਤੇ। ਜਿਸ ਬੇਟੇ ਵਾਸਤੇ, ਜਿਸ ਬੱਚੇ ਵਾਸਤੇ ਬਾਪ ਨੇ ਧਨ ਕਮਾਇਆ, ਸਾਰਾ ਕੁਝ ਇਕੱਤਰ ਕੀਤਾ, ਕਿਉਂਕਿ ਦੁਨੀਆਂ ਵਿੱਚ ਬਹੁਤੇ ਮਾਂ ਬਾਪ ਆਪ ਭਾਵੇਂ ਦੁੱਖਾਂ ਵਿੱਚ ਜੀਵਨ ਗੁਜ਼ਾਰ ਲੈਣ ਪਰ ਚਾਹੁੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਸੁੱਖ ਪ੍ਰਾਪਤ ਹੋਵੇ। ਸਾਡੇ ਨਾਲ ਵੀ ਬੱਚਿਆਂ ਨੂੰ ਵਧੇਕ ਆਰਾਮ ਪ੍ਰਾਪਤ ਹੋ ਸਕੇ ਮਾਂ ਬਾਪ ਦੀ ਬਹੁਤੀ ਕੋਸ਼ਿਸ਼ ਹੁੰਦੀ ਹੈ। ਪਰ ਇੱਥੇ ਕਹਿ ਰਹੇ ਨੇ ਵਕਤ ਆਵੇਗਾ ਜਦੋਂ ਪੁੱਤਰ ਦੇ ਤਾਈ ਬਾਪ ਵੀ ਨਾਸ਼ ਕਰ ਦੇਵੇਗਾ ਧਨ ਵਾਸਤੇ, ਮਾਂ ਵੀ ਨਾਸ਼ ਕਰ ਦੇਵੇਗੀ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਮਿਸਾਲ ਦਿੱਤੀ ਹੈ
ਜੇ ਪੁੱਤੇ ਮਾਂ ਵਿਸ ਦੇ ਤੇ ਕੌਣ ਪਿਆਰਾ, ਜੇ ਕਰ ਪੰਨੇ ਪਹਿਰੂ ਕੌਣ ਰੱਖਣ ਹਾਰਾ। ਭਾਈ ਸਾਹਿਬ, ਭਾਈ ਗੁਰਦਾਸ ਜੀ, ਜੇ ਘਰ ਦਾ ਰਖਵਾਲਾ ਹੀ ਤਾਲਾ ਤੋੜ ਕੇ ਸਾਰਾ ਕੁਝ ਲੁੱਟ ਲਵੇ ਤੇ ਫਿਰ ਰਖਵਾਲੀ ਕੌਣ ਕਰੇਗਾ? ਇਹਨਾਂ ਮੁਲਕਾਂ ਵਿੱਚ ਹਰ ਚੀਜ਼ ਦੀ ਇੰਸ਼ੋਰੈਂਸ ਹੁੰਦੀ ਹੈ ਤੇ ਕਈ ਵਾਰੀ ਕਈ ਸੱਜਣ ਸਾਡੇ ਸਮਾਜ ਦੇ ਐਸੇ ਨੇ ਜੇ ਦੇਖਣ ਵੀ ਘਾਟਾ ਪੈਣ ਲੱਗਾ ਹੈ ਆਪੇ ਹੀ ਅੱਗ ਲਗਾ ਕੇ ਇੰਸ਼ੋਰੈਂਸ ਦਾ ਕਲੇਮ ਕਰ ਦੇਣਗੇ। ਐਸਾ ਵੀ ਚੱਲਦਾ, ਐਸਾ ਵੀ ਹੁੰਦਾ। ਅਸੀਂ ਕਿਸੇ ਕੰਪਨੀ ਨੂੰ ਤੇ ਧੋਖਾ ਦੇ ਸਕਦੇ ਹਾਂ, ਕਿਸੇ ਸਰਕਾਰ ਨੂੰ ਧੋਖਾ ਦੇ ਸਕਦੇ ਹਾਂ, ਵਾਹਿਗੁਰੂ ਨੂੰ ਧੋਖਾ ਨਹੀਂ ਦੇ ਸਕਦੇ, ਪਰਮ ਪਰਮੇਸ਼ਵਰ ਨੂੰ ਗੁਮਰਾਹ ਨਹੀਂ ਕਰ ਸਕਦੇ। ਹਾਂ, ਕਹਿੰਦੇ ਨੇ ਕਿ ਜੇ ਪਹਿਰੇਦਾਰ ਹੀ ਘਰ ਭੰਨ ਲਵੇ ਤੇ ਘਰ ਦੀ ਰਖਵਾਲੀ ਕੌਣ ਕਰੇ, ਤੇ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇ ਦੇਵੇ, ਮਾਂ ਆਪਣੇ ਬੇਟੇ ਨੂੰ ਅੰਮ੍ਰਿਤ ਪਿਲਾਉਣ ਦੀ ਬਜਾਏ ਜੇ ਜ਼ਹਿਰ ਪਿਲਾ ਦੇਵੇ, ਉਸ ਬੱਚੇ ਦੀ ਕਿਵੇਂ ਹਿਫਾਜ਼ਤ ਹੋਵੇਗੀ? ਉਹ ਬੱਚਾ ਜ਼ਿੰਦਗੀ ਵਿੱਚ ਕਿਵੇਂ ਲੰਬੇਰੀ ਉਮਰ ਪ੍ਰਾਪਤ ਕਰੇਗਾ? ਮਾਂ ਦੀ ਤੇ ਪਤੇ ਭਾਵਨਾ ਹੀ ਹੈ, ਮਾਂ ਦੀ ਤੇ ਖਾਸ਼ ਹੈ, ਮਾਂ ਦੀ ਤੇ ਅਜੀਬ ਪ੍ਰਕਾਰ ਦੀ ਤਮੰਨਾ ਹੈ, ਕਿਉਂਕਿ ਆਪ ਕੀ ਰਾਹੋਂ ਕੇ ਕਾਂਟੇ ਪਲਕੋਂ ਸੇ ਮੈਂ ਚੁਣ ਲਈਏ। ਅਮੈਰੀਕਾ ਵਿੱਚ ਆਪਣਾ ਹੀ ਲਿਖਿਆ ਹੋਇਆ ਸ਼ੇਰ ਆਪ ਦੀ ਨਜ਼ਰ ਕਰ ਦਿੱਤਾ ਹੈ, ਪਿਆਰ ਨਾਲ ਖੋ ਸ੍ਰੀ ਵਾ। ਮਾਂ ਦੀ ਇਹ ਤਮੰਨਾ ਹੁੰਦੀ ਹੈ ਕਿ ਉਹ ਬੱਚੇ ਦੀ ਜ਼ਿੰਦਗੀ ਦੀਆਂ ਰਾਹਾਂ ਤੇ ਜਿਹੜੇ ਦੁੱਖਾਂ ਦੇ ਕੰਡੇ ਨੇ ਉਹ ਹੱਥਾਂ ਨਾਲ ਨਹੀਂ, ਹੱਥਾਂ ਨਾਲ ਕੰਡੇ ਸਾਫ਼ ਕਰਨ ਵਾਲੇ ਤਾਂ ਲੋਕ ਮਿਲ ਜਾਂਦੇ ਨੇ, ਨਹੀਂ ਤੇ ਮਿਊਨਸਪੈਲਿਟੀ ਵੱਲੋਂ ਲੋਕ ਇਹ ਡਿਊਟੀ ਕਰਦੇ ਨੇ, ਇਹ ਕਰਮ ਵੀ ਕਰਦੇ ਨੇ, ਸੜਕਾਂ ਦੀ ਸਫਾਈ ਕਰਨੀ, ਝਾੜੂ ਦੇਣਾ, ਇਹ ਉਹਨਾਂ ਦੀ ਡਿਊਟੀ ਹੁੰਦੀ। ਹਾਂ, ਰਾਹਾਂ ਨੂੰ ਹੱਥਾਂ ਨਾਲ ਚੁੱਗ ਕੇ ਝਾੜੂ ਨਾਲ ਕੰਡੇ ਚੁੱਗਣ ਵਾਲੇ ਤੇ ਤੁਹਾਨੂੰ ਮਿਲ ਜਾਣਗੇ, ਪਰ ਆਪਣੀ ਅੱਖਾਂ ਦੀਆਂ ਪਲਕਾਂ ਦੇ ਨਾਲ ਜੇ ਕੰਡੇ ਕੋਈ ਚੁੱਗ ਸਕਦਾ ਹੈ ਤਾਂ ਸਿਰਫ ਮਾਂ ਹੀ ਚੁੱਗ ਸਕਦੀ, ਮਾਂ ਤੋਂ ਇਲਾਵਾ ਕੋਈ ਦੂਸਰਾ ਨਹੀਂ। ਆਪ ਕੀ ਰਾਹੋਂ ਕੇ ਕਾਂਠੇ ਪਲਕੋਂ ਸੇ ਮੈਂ ਚੁਣ ਲਈਏ। ਕਹਿੰਦੇ ਨੇ ਕਿ ਤੇਰੀ ਰਸਤੇ ਤੇਰੀ ਰਾਹ ਤੇ, ਐ ਬੇਟੇ ਐ ਪੁੱਤਰ, ਤੇਰੀ ਜ਼ਿੰਦਗੀ ਦੀ ਰਾਹ ਤੇ ਜਿਹੜੇ ਦੁੱਖਾਂ ਦੇ ਕੰਡੇ ਨੇ ਮੈਂ ਆਪਣੀਆਂ ਪਲਕਾਂ ਨਾਲ, ਅੱਖਾਂ ਦੀਆਂ ਪਲਕਾਂ ਨਾਲ ਉਠਾ ਲਿੱਤੇ ਨੇ, ਤੇ ਫਿਰ ਵਾਹਿਗੁਰੂ ਕਰੇ ਤੂੰ ਲੰਬੀ ਉਮਰ ਵਾਲਾ ਹੋਵੇ, ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣ, ਜਿਹੜੇ ਸੁੱਖ ਮੈਨੂੰ ਪ੍ਰਾਪਤ ਹੋਣੇ ਨੇ ਉਹ ਤੈਨੂੰ ਸੁੱਖ ਪ੍ਰਾਪਤ ਹੋ ਜਾਣ, ਕਿਉਂਕਿ ਜ਼ਿੰਦਗੀ ਹੈ, ਉਮਰ ਹੈ। ਹੁਣ ਤੇ ਸੰਗਤਾਂ ਇਹਨੇ ਲੱਡੂ ਬਖਸ਼ਦੀਆਂ ਨੇ ਕਿ ਖਾਣ ਨੂੰ ਦਿਲ ਨਹੀਂ ਕਰਦਾ, ਪਰ ਕਦੇ ਐਸਾ ਵਕਤ ਵੀ ਹੁੰਦਾ ਸੀ ਇੱਕ ਲੱਡੂ ਦੇਖਣ ਨੂੰ ਦਿਲ ਕਰਦਾ ਸੀ, ਇੱਕ ਲੱਡੂ ਖਾਣ ਨੂੰ ਦਿਲ ਕਰਨਾ ਤੇ ਉਹ ਲੈ ਨਾ ਸਕਣਾ, ਉਹ ਪ੍ਰਾਪਤ ਨਾ ਕਰ ਸਕਣਾ। ਹੁਣ ਤੇ ਜੀਵਨ ਬਦਲਦਾ ਜਾਂਦਾ, ਜ਼ਿੰਦਗੀ ਬਦਲਦੀ ਜਾਂਦੀ ਹੈ। ਪੰਜਾਬ ਹਿੰਦੁਸਤਾਨ ਵਿੱਚ ਸਾਰੇ ਸੂਬਿਆਂ ਨਾਲੋਂ ਸਟੇਟਾਂ ਨਾਲੋਂ ਜ਼ਿਆਦਾ ਉੱਚਾ ਹੈ, ਅਮੀਰ ਹੈ। ਹੁਣ ਕੋਈ ਖਾਸ ਫਰਕ ਨਹੀਂ ਪੈਂਦਾ, ਹਰ ਕੋਈ ਲੱਡੂ ਲੈ ਕੇ ਖਾ ਸਕਦਾ, ਜਲੇਬੀਆਂ ਲੈ ਕੇ ਖਾ ਸਕਦਾ। ਆ ਜਿਹੜਾ ਸੀਜ਼ਨ ਪਿੱਛੇ ਕੁਝ ਮਹੀਨੇ ਲੰਘਿਆ, ਅਪ੍ਰੈਲ ਦਾ, ਮਈ ਦਾ, ਜੂਨ ਦਾ, ਉੱਥੇ ਆਮ ਬਾਣੀ ਹੈ ਥੋੜਾ ਜਿਹਾ ਘਿਓ ਲੈ ਕੇ ਜ਼ਿਮੀਦਾਰਾਂ ਦੇ ਖੇਤਾਂ ਤੇ ਜਿੱਥੇ ਉਹ ਵਾਢੀ ਕਰਦੇ ਨੇ ਉੱਥੇ ਜਾ ਕੇ ਆਪਣੀ ਤਵੀ ਤਪਾ ਦਿੰਦੇ ਨੇ, ਔਰ ਕਿਸਾਨ ਸ਼ੌਕ ਨਾਲ ਖੁਸ਼ੀ ਨਾਲ ਜਲੇਬੀਆਂ ਖਾਂਦਾ ਹੈ। ਪਰ ਵਕਤ ਹੈ ਜਿਸ ਮਾਂ ਦੇ ਪਾਸ ਆਪਣੇ ਬੱਚੇ ਨੂੰ ਬਹੁਤੀ ਮਠਿਆਈ ਲੈ ਕੇ ਦੇਣ ਦੀ ਸਮਰੱਥਾ ਨਾ ਹੋਵੇ ਤੇ ਕਦੇ ਮਠਿਆਈ ਉਹਨੂੰ ਮਿਲ ਜਾਵੇ ਜਾਂ ਕਿਤੇ ਮਠਿਆਈ ਲਿਆਵੇ ਤੇ ਆਪਣਾ ਹਿੱਸਾ ਵੀ ਉਹ ਬੱਚੇ ਨੂੰ ਦੇ ਦਿੰਦੀ,
ਬਈ ਇਹ ਲੱਡੂ ਵੀ ਤੂੰ ਖਾ ਲੈ, ਆ ਬਰਫੀ ਦਾ ਟੁਕੜਾ ਇਹ ਵੀ ਤੂੰ ਖਾ ਲੈ। ਮਾਂ ਦੀ ਇਹ ਭਾਵਨਾ, ਔਰ ਮਾਂ ਹੋਰ ਤਾਂ ਕੀ ਬਚਾ ਕੇ ਰੱਖਣਾ, ਉਹ ਆਪਣਾ ਨੂਰ, ਆਪਣੀ ਜ਼ਿੰਦਗੀ, ਆਪਣੀਆਂ ਤਮਾਮ ਖਾਸ਼ਾਵਾਂ ਬੱਚੇ ਤੋਂ ਕੁਰਬਾਨ ਕਰ ਦਿੱਤੀ। ਪਰ ਹਜ਼ੂਰ ਵਰਣਨ ਕਰ ਰਹੇ ਨੇ ਪੁੱਤਰ ਮਿੱਤਰ, ਪੁੱਤਰ ਨੂੰ ਵੀ ਮਾਂ ਤੇ ਬਾਪ ਨਾਸ ਕਰ ਸਕਦੇ ਨੇ, ਦੋਸਤ ਦੋਸਤ ਨੂੰ, ਮਿੱਤਰ ਮਿੱਤਰ ਨੂੰ ਨਾਸ ਕਰਕੇ, ਸੰਘਾਰ ਕੇ ਨਾਸ ਕਰਕੇ, ਖਤਮ ਕਰਕੇ ਇੱਕ ਦੂਸਰੇ ਤੋਂ ਧਨ ਪ੍ਰਾਪਤ ਕਰ ਲੈਣਗੇ। ਧਨ ਕਿਸੇ ਤਰੀਕੇ ਨਾਲ ਵੀ ਪ੍ਰਾਪਤ ਹੋਵੇ, ਧਨ ਦਾ ਧਨ ਨੂੰ ਛੱਡਣਗੇ ਨਹੀਂ। ਮਿੱਤਰ ਘਾਤ ਹੋ ਜਾਵੇਗਾ, ਪੁੱਤਰ ਘਾਤ, ਸੰਤਾਨ ਘਾਤ, ਔਲਾਦ ਘਾਤ ਹੋ ਸਕਦਾ, ਪਰ ਧਨ ਦਾ ਪਿੱਛਾ ਨਹੀਂ ਛੱਡਿਆ ਜਾਂਦਾ। ਏਕ ਨੇਕ ਉਠਾਏ ਹੈ, ਇਹਦੇ ਨਾਲ ਨਾਲ ਏਕ ਨੇਕ ਉਠਾਏ ਹੈ ਮਤ, ਕਹਿੰਦੇ ਨੇ ਇੱਕ ਇੱਕ ਆਦਮੀ ਜਿਹੜਾ ਹੈ ਉਹ ਅਨੇਕਾਂ ਅਨੇਕਾਂ ਮਤਾਂ ਦੇ ਤਾਈ, ਸਿਧਾਂਤਾਂ ਦੇ ਤਾਈ, ਧਰਮਾਂ ਦੇ ਤਾਈ ਦੁਨੀਆਂ ਦੇ ਅੰਦਰ ਆਪਣੇ ਘਰ ਦੇ ਅੰਦਰ ਉਠਾਉਂਦੇ ਰਹਿਣਗੇ, ਚੁੱਕਦੇ ਰਹਿਣਗੇ ਵੀ ਸਾਡਾ ਧਰਮ ਆਹ ਹੈ, ਸਾਡਾ ਧਰਮ ਆਹ ਹੈ। ਅਸਲੀ ਧਰਮ ਇਹੋ ਹੀ ਹੈ, ਭਿੰਨ ਭਿੰਨ ਦਿਨ ਦਿਨਾਂ, ਵੱਖਰੇ ਵੱਖਰੇ ਦਿਨ ਦਿਨ ਵਿੱਚ ਆਦਮੀ ਬੜੀ ਬੜੀ ਜਲਦੀ ਜਲਦੀ ਧਰਮ ਬਦਲਿਆ ਕਰੇਗਾ। ਇੱਕ ਇੱਕ ਦਿਨ ਵਿੱਚ ਆਦਮੀ ਕਿਤਨੇ ਕਿਤਨੇ ਧਰਮਾਂ ਨੂੰ ਧਾਰਨ ਕਰੇਗਾ ਤੇ ਕਿਤਨੇ ਕਿਤਨੇ ਧਰਮਾਂ ਨੂੰ ਪਿੱਠ ਦੇ ਦਿਆ ਕਰੇਗਾ। ਸਵੇਰੇ ਉੱਠਦਿਆਂ ਕੋਈ ਧਰਮ ਹੋਰ, ਦੁਪਹਿਰ ਦੇ ਮੌਕੇ ਤੇ ਕੋਈ ਧਰਮ ਹੋਰ, ਚਾਹ ਦੇ ਮੌਕੇ ਸ਼ਾਮ ਤੇ ਹੋਰ, ਰਾਤ ਪੈਣ ਤੱਕ ਪਤਾ ਨਹੀਂ ਕਿਤਨੇ ਧਰਮ ਬਦਲਿਆ ਕਰਨਗੇ ਲੋਕ। ਆ ਤੁਸੀਂ ਦੇਖਿਆ ਨਹੀਂ ਸਾਡੇ ਹੀ ਸਮਾਜ ਦੇ ਲੋਕ ਕਿਤਨੀਆਂ ਪਾਰਟੀਆਂ ਬਦਲਦੇ ਨੇ, ਪੰਥ ਦੇ ਨਾਮ ਤੇ ਚੁਣੇ ਜਾਂਦੇ ਨੇ, ਅਕਾਲ ਤਖ਼ਤ ਸਾਹਿਬ ਫਰਨ ਕਰਦੇ ਨੇ, ਪਰ ਜਦੋਂ ਉਹ ਇਲੈਕਟ ਹੋ ਜਾਂਦੇ ਨੇ, ਚੁਣੇ ਜਾਂਦੇ ਨੇ, ਉਸ ਮੌਕੇ ਤੇ ਉਹ ਕਹਿੰਦੇ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਣਾ, ਕਦੀ ਕਹਿ ਦਿੰਦੇ ਨੇ ਹਾਜ਼ਰ ਹੋਵਾਂਗੇ ਤੇ ਫਿਰ ਉੱਥੋਂ ਜਾ ਕੇ ਕਹਿੰਦੇ ਨੇ ਅਸੀਂ ਵੀ ਆਉਣਾ। ਹੁਣ ਜਦੋਂ ਰਾਜ ਸੱਤਾ ਖੁਸ਼ ਗਈਏ ਉਦੋਂ ਹੱਥ ਜੋੜਦੇ ਨੇ ਜੀ ਸਾਨੂੰ ਮਾਫ਼ੀ ਮਿਲ ਜਾਵੇ ਤਾਂ ਜੋ ਮਾਫ਼ ਕਰਵਾ ਕੇ ਫਿਰ ਘੁਸ ਜਾਈਏ, ਫਿਰ ਮਿੱਤਰ ਕਾਰ ਕਰ ਸਕੀਏ, ਗੁਰੂ ਦੇ ਨਾਲ ਧੋਖਾ ਫਿਰ ਕਰ ਸਕੀਏ। ਇਸ ਲਈ ਫਿਰ ਉਹ ਗੁਰੂ ਦੇ ਸਾਹਮਣੇ ਜਾ ਕੇ ਬਖਸ਼ਾਉਣਾ ਚਾਹੁੰਦੇ ਨੇ। ਆਦਮੀ ਉਹ ਹੀ ਸਨ ਕੱਲ ਜਿਨ੍ਹਾਂ ਨੇ ਇਨਕਾਰ ਕਰ ਦਿੱਤਾ, ਅੱਜ ਜਿਹੜੇ ਪੇਸ਼ਕਸ਼ ਕਰ ਰਹੇ ਨੇ ਅਕਾਲ ਤਖ਼ਤ ਸਾਹਿਬ ਉੱਪਰ, ਕੱਲ ਉਹਨਾਂ ਨੇ ਪਿੱਠ ਦੇ ਦਿੱਤੀ ਸੀ, ਤੋ ਬੇਨਤੀ ਕੀਤੀ ਜਾ ਰਹੀ ਸੀ। ਇਉਂ ਇੱਕ ਇੱਕ ਦਿਨ ਦੇ ਅੰਦਰ ਲੋਕ ਆਪਣੇ ਧਰਮ ਨੂੰ ਕਿਤਨੀ ਕਿਤਨੀ ਵਾਰੀ ਬਦਲਣਗੇ। ਫੋਕਤੇ ਧਰਮ ਸਦਾ ਕੱਲ ਕੇਵਲੰ ਪ੍ਰਵਣ ਬਿਨਾ, ਫੋਕਤੰ ਧਰਮ ਸਭ ਹੈ ਕੱਲ ਕੇਵਲੰ ਪ੍ਰਵਣ ਬਿਨਾ। ਸਾਰੇ ਹੀ ਧਰਮ ਕਲਯੁਗ ਦੇ ਅੰਦਰ ਕੇਵਲ ਪ੍ਰਭੂ ਦੇ ਆਸਰੇ ਤੋਂ ਬਿਨਾਂ, ਪ੍ਰਭੂ ਦੇ ਨਾਮ ਤੋਂ ਬਿਨਾਂ ਸਾਰੇ ਧਰਮ ਫੋਕਟ ਨੇ। ਕਿਉਂਕਿ ਜਿੱਥੇ ਨਾਮ ਹੋਵੇਗਾ ਉੱਥੇ ਇੱਕ ਧੁਨੀ ਵਿੱਚ ਲੱਗਾ ਰਹੇਗਾ, ਉਹਨੂੰ ਧਰਮ ਬਦਲਣ ਦੀ ਕੀ ਲੋੜ ਹੈ, ਉਹਨੂੰ ਪਹਿਰਾਵਾ ਬਦਲਣ ਦੀ ਕੀ ਲੋੜ ਹੈ। ਜ਼ਿੰਦਗੀ ਵਿੱਚ ਜਿਸ ਆਦਮੀ ਨੇ ਬਹੁਤਾ ਸਮਾਂ ਝੂਠ ਬੋਲਿਆ, ਵਕਾਲਤ ਕਰਦੇ ਹਾਂ, ਵਕਾਲਤ ਹੈ ਕਿ ਝੂਠ ਨੂੰ ਸੱਚ ਬਣਾਉਣਾ, ਸੱਚ ਨੂੰ ਝੂਠ ਬਣਾਉਣਾ, ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣ ਗਿਆ ਉਹਨੇ ਬਿਲਕੁਲ ਦਾੜਾ ਖੋਲ ਦਿੱਤਾ, ਪਰ ਪਹਿਲਾਂ ਉਹ ਜਾਲੀ ਜੂਲੀ ਪਾ ਕੇ ਚੰਗੀ ਤਰ੍ਹਾਂ ਦਾੜਾ ਬੰਨਦਾ ਸੀ ਵੀ ਕਿਤੇ ਕੋਈ ਕੇਸ ਬਾਹਰ ਆਜ਼ਾਦੀ ਨਾਲ ਨਾ ਫਿਰ ਸਕੇ। ਤੇ ਜੇ ਉਸ ਤੋਂ ਬਾਅਦ ਦੂਸਰੇ ਸੱਜਣ ਦੀ ਵਾਰੀ ਆਈ, ਉਹ ਵੀ ਸਾਰੀ ਉਮਰ ਦਾੜਾ ਬੰਨਦਾ ਰਿਹਾ, ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰੈਜੀਡੈਂਟ ਬਣਿਆ ਉਹਨੇ ਵੀ ਦਾੜਾ ਖੋਲ ਦਿੱਤਾ। ਕਿੰਨਾ ਅਸੀਂ ਆਪਣੇ ਧਰਮ ਨੂੰ ਮਖੌਲ ਕਰਨੇ, ਅਸੀਂ ਆਪਣੇ ਧਰਮ ਨੂੰ ਕਿਤਨੀ ਕੁ ਤਰਜੀਹ ਦਿੰਦੇ ਹਾਂ ਕਿ ਜੇ ਰਾਜਨੀਤੀ ਦੀ ਸੱਤਾ ਪ੍ਰਾਪਤ ਹੋਣੀ ਹੈ ਦਾੜਾ ਖੋਲ ਦਿਓ, ਜੇ ਨਹੀਂ ਪ੍ਰਾਪਤ ਹੋਣੀ ਤਾਂ ਫਿਰ ਬੰਨ ਲਵੋ। ਨਹੀਂ, ਧਰਮ ਤਾਂ ਮਨ ਦੇ ਨਾਲ ਸੰਬੰਧ ਰੱਖਦਾ ਹੈ। ਧਰਮ ਉਹ ਸ਼ਕਤੀ ਹੈ ਜੋ ਬਦਲੀ ਨਹੀਂ ਜਾ ਸਕਦੀ, ਪਰ ਲੋਕ ਜਿਹੜੇ ਨੇ ਉਹ ਧਰਮ ਨੂੰ ਇੱਕ ਦੁਨਿਆਵੀ ਤਾਕਤ ਪ੍ਰਾਪਤ ਕਰਨ ਦਾ ਨਜ਼ਰੀਆ ਸਮਝਦੇ ਨੇ।
ਅੱਜ ਇਸ ਤਰ੍ਹਾਂ ਸਾਡੀਆਂ ਬੱਚੀਆਂ ਭੈਣਾਂ ਜਿਸ ਤਰ੍ਹਾਂ ਦਾ ਪਹਿਰਾਵਾ ਚੱਲੇ ਫੱਟ, ਭਾਵੇਂ 100 ਸੂਟ ਕਿਉਂ ਨਾ ਬਕਸੇ ਵਿੱਚ ਪਿਆ ਹੋਵੇ, ਪਰ ਉਹ ਲੈਣਾ ਜਿਹੜਾ ਹੁਣ ਚੱਲ ਰਿਹਾ, ਉਹ ਜਿਹੜਾ ਪਹਿਲਾਂ ਸੀ ਉਹ ਨਹੀਂ। ਚਾਹੀਦਾ ਤਾਂ ਹੈ ਕਿ ਉਹ ਜਦੋਂ ਫੱਟ ਜਾਵੇ, ਕੁਝ ਪੁਰਾਣਾ ਹੋ ਜਾਵੇ, ਫਿਰ ਦੂਸਰਾ ਕੱਪੜਾ ਲਵੋ, ਫਿਰ ਜ਼ਰੂਰ ਪਹਿਨੋ, ਠੀਕ ਹੈ ਉਸ ਮੌਕੇ ਤੇ ਜਿਹੜਾ ਚੱਲ ਰਿਹਾ ਉਸ ਤਰ੍ਹਾਂ ਦੇ ਪਹਿਨ ਲਵੋ। ਪਰ ਨਹੀਂ, ਭਾਵੇਂ ਬਕਸੇ ਵਿੱਚ 100 ਸੂਟ 200 ਸੂਟ ਵੀ ਪਿਆ ਹੋਵੇ, ਤੇ ਫਿਰ ਵੀ ਉਹ ਵਰਤਮਾਨ ਜੋ ਚੱਲ ਰਿਹਾ ਕੱਪੜਾ, ਭਾਵੇਂ ਉਹ ਨਾ ਹੀ ਝੁਕਦਾ ਹੋਵੇ ਇੱਜ਼ਤ ਔਰ ਆਪਣੇ ਘਰਾਣੇ ਆਪਣੇ ਧਰਮ ਨਾਲ ਨਾ ਵੀ ਮੇਲ ਖਾਂਦਾ ਹੋਵੇ, ਪਰ ਪਾਣਾ। ਠੀਕ, ਲੋਕ ਵੀ ਇਸੇ ਤਰ੍ਹਾਂ ਧਰਮ ਨੂੰ ਵੀ ਇਵੇਂ ਸਮਝਦੇ ਨੇ ਕਿ ਜਦੋਂ ਚਾਹੋ ਧਰਮ ਦਾ ਚੋਗਾ ਪਾ ਲਵੋ, ਜਦੋਂ ਚਾਹੋ ਕੋਈ ਧਰਮ ਦੇ ਨਾਮ ਤੇ ਲਾਭ ਪ੍ਰਾਪਤ ਕਰ ਲਵੋ, ਜਦੋਂ ਲਾਭ ਨਾ ਪ੍ਰਾਪਤ ਹੋਵੇ ਫਿਰ ਦੂਸਰੇ ਪਾਸੇ ਚੱਲ ਲਵੋ, ਫਿਰ ਧਰਮ ਤੋਂ ਪਿੱਛੇ ਹਟ ਜਾਓ। ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ, ਪਰ ਕਿਉਂਕਿ ਹਜ਼ੂਰ ਨੇ 300 ਸਾਲ ਪਹਿਲਾਂ ਇਹ ਵਿਚਾਰ ਦਿੱਤਾ, ਕੁਝ ਚੀਜ਼ਾਂ ਵਰਤ ਰਹੀਆਂ ਨੇ ਸਾਡੇ ਨਾਲ ਔਰ ਕੁਝ ਵਰਤਣਗੀਆਂ, ਕੁਝ ਚੀਜ਼ਾਂ ਅਸੀਂ ਦੇਖ ਰਹੇ ਹਾਂ ਤੇ ਕੁਝ ਚੀਜ਼ਾਂ ਅਸੀਂ ਤੇ ਸ਼ਾਇਦ ਨਹੀਂ ਹੋਵਾਂਗੇ, ਪਰ ਵਕਤ ਜਿਹੜਾ ਹੈ ਲੋਕ ਜ਼ਰੂਰ ਦੇਖਣਗੇ। ਇਸ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ, ਫੋਕ ਟੰਗ ਧਰਮ ਸਭ ਹੈ ਕਲ ਕੇਵਲ ਪ੍ਰਭੂ ਬਿਨਾ, ਇੱਕ ਪ੍ਰਭੂ ਦੇ ਨਾਮ ਤੋਂ ਬਿਨਾਂ ਇਸ ਕਲਯੁਗ ਦੇ ਅੰਦਰ ਸਾਰੇ ਧਰਮ ਫੋਕੇ ਨੇ, ਫੋਕੇ ਜੇ ਨੇ ਤਾਂ ਹੀ ਲੋਕ ਉਹਨਾਂ ਦਾ ਤਿਆਗ ਕਰਦੇ ਨੇ। ਜੇ ਕਿਸੇ ਧਰਮ ਵਿੱਚੋਂ ਮਨੁੱਖ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੁੰਦੀ ਹੋਵੇ ਤੇ ਉਹ ਮੁੜ ਮੁੜ ਕੇ ਕਿਉਂ ਧਰਮ ਬਦਲੇ, ਮੁੜ ਮੁੜ ਕੇ ਧਰਮ ਤਬਦੀਲ ਕਿਉਂ ਕਰੇ ਜੀ। ਕਹਿੰਦੇ ਨੇ ਉਹ ਜਿਹੜੇ ਧਰਮ ਲੋਕ ਧਾਰਨ ਕਰਨਗੇ, ਜਿਨ੍ਹਾਂ ਧਰਮਾਂ ਦਾ ਲੋਕ ਤਿਆਗ ਕਰਨਗੇ, ਕਹਿੰਦੇ ਨੇ ਉਹ ਧਰਮ ਇੱਕ ਦਿਨ ਕੋਈ ਧਰਮ ਚੱਲੇਗਾ, ਕੋਈ ਧਰਮ ਇੱਕ ਦਿਨ ਹੀ ਚੱਲੇਗਾ ਜੀ। ਮਤ ਦੋ ਚਲਾਏਗੇ, ਇਹਦੇ ਨਾਲ ਨਾਲ ਇੱਕ ਦਿਵਸ ਚੱਲੇ ਕੋ ਮਤ, ਦੋਏ ਦਿਵਸ ਚਲਾਏਗੇ, ਕਹਿੰਦੇ ਨੇ ਇੱਕ ਮਤ ਇੱਕ ਧਰਮ ਇੱਕ ਦਿਨ ਤੱਕ ਚੱਲੇਗਾ, ਤੇ ਕੋਈ ਧਰਮ ਐਸਾ ਵੀ ਹੋਵੇਗਾ ਜਿਹੜਾ ਦੋਏ ਦਿਵਸ ਚਲਾਏਗੇ, ਦੋ ਕੁ ਦਿਨਾਂ ਤੱਕ ਲੋਕ ਧਰਮ ਨੂੰ ਚਲਾਉਣਗੇ, ਦੋ ਕੁ ਦਿਨ ਤੱਕ ਧਰਮ ਚੱਲੇਗਾ। ਉਹ ਜਿਵੇਂ ਬੱਚੇ ਸੱਕੇ ਨੂੰ ਇੱਕ ਦਿਨ ਦੀ ਬਾਦਸ਼ਾਹੀ ਮਿਲ ਗਈ, ਉਹਨੇ ਕਿਹਾ ਆਪਾਂ ਵੀ ਤੁਹਾਨੂੰ ਰਾਜ ਸੱਤਾ ਦੀ ਗੱਲ ਦੱਸਦੇ ਹਾਂ। ਰਾਜ ਸ਼ਕਤੀ ਵਿੱਚ ਕਿਤਨੀ ਕੁ ਤਾਕਤ ਹੁੰਦੀ ਹੈ, ਕਿਉਂਕਿ ਕਈ ਵਾਰੀ ਲੋਕ ਇਹੋ ਹੀ ਦਲੀਲ ਦਿੰਦੇ ਨੇ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਧਰਮ ਸੀ ਇਹ ਤੇ ਫਕੀਰਾਂ ਦਾ ਧਰਮ ਸੀ, ਸਾਧੂਆਂ ਦਾ ਧਰਮ ਸੀ, ਭਗਤੀ ਲਹਿਰ ਸੀ, ਇਹਦੇ ਨਾਲ ਰਾਜਸਾਜ ਦੀ ਕਿਉਂ ਜ਼ਰੂਰਤ ਪੈ ਗਈ? ਰਾਜਸਾਜ ਦੀ ਕਾਮਨਾ, ਰਾਜਸਾਜ ਦੀ ਮੰਗ ਲੋਕ ਕਿਉਂ ਕਰਦੇ ਨੇ? ਰਾਜਨੀਤੀ ਵਿੱਚ ਹਿੱਸਾ ਕਿਉਂ ਲੋਕ ਲੈਂਦੇ ਨੇ? ਨਹੀਂ ਲੈਣਾ ਚਾਹੀਦਾ। ਪਰ ਬੱਚੇ ਸੱਕੇ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਦੱਸ ਦਿੱਤਾ ਜਿਹੜੇ ਸਵਾਲ ਕਰਦੇ ਨੇ ਵੀ ਰਾਜ ਸੱਤਾ ਕੀ ਹੁੰਦੀ ਹੈ, ਰਾਜ ਦੀ ਤਾਕਤ ਕੈਸੀ ਹੁੰਦੀ ਹੈ, ਤਾਂਹੀਓ ਲੋਕ ਰਾਜ ਸੱਤਾ ਦੀ ਮੰਗ ਕਰਦੇ ਨੇ। ਰਾਜ ਸੱਤਾ ਦੀ ਭਾਵਨਾ ਦੁਆਰਾ ਆਪਣੀ ਤਾਕਤ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਨੇ। ਦੋ ਬੜੀਆਂ ਵੱਡੀਆਂ ਧਾਰਮਿਕ ਸ਼ਖਸੀਅਤਾਂ ਤੋਂ ਜਦੋਂ ਕੁਝ ਲੋਕਾਂ ਨੇ ਪੁੱਛਿਆ ਤੁਸੀਂ ਧਰਮ ਦੀ ਵਿਚਾਰ ਧਰਮ ਦੀ ਪਦਵੀ ਤੇ ਬੜੇ ਚੰਗੇ ਲੱਗਦੇ ਸੀ, ਤੁਸੀਂ ਇਸ ਪਾਸੇ ਕਿਉਂ ਸ਼ੁਰੂ ਹੋ ਗਏ? ਉਹ ਕਹਿਣ ਲੱਗੇ ਅਸੀਂ ਤਾਂ ਭੁੱਲੇ ਹੀ ਰਹੇ, ਆਹ ਨੋਟ ਬਣਾਉਣ ਦਾ ਤਰੀਕਾ ਤਾਂ ਹੁਣ ਸਾਨੂੰ ਆਇਆ, ਪਿਆਲਾ ਕਰਨੀ ਪੰਥ ਦੀ ਸੇਵਾ ਜਿੱਥੇ ਸਿਰ ਭੀ ਭੇਦ ਕਰਨਾ ਪੈਂਦਾ, ਪਰ ਉਹ ਕਹਿੰਦੇ ਸਨ ਅਸੀਂ ਹੁਣ ਨੋਟ ਬਣਾਉਣ ਦਾ ਤਰੀਕਾ ਆਇਆ, ਪਹਿਲਾਂ ਤਾਂ ਭੁੱਲੇ ਹੀ ਰਹੇ। ਔਰ ਇਹ ਉਹਨਾਂ ਵਿਅਕਤੀਆਂ ਦਾ ਨਾਮ ਹੈ ਜਿਨ੍ਹਾਂ ਨੂੰ ਸਿੱਖ ਸਮਾਜ ਵਿੱਚ ਸਭ ਤੋਂ ਵੱਡੇ ਅਹੁਦੇ ਤੁਸਾਂ ਬਖਸ਼ੇ ਸਨ, ਸਭ ਤੋਂ ਵੱਡੀਆਂ ਧਰਮ ਦੀਆਂ ਪਦਵੀਆਂ ਜਿਨ੍ਹਾਂ ਨੂੰ ਤੁਸਾਂ ਸੌਂਪੀਆਂ ਸਨ, ਉਹ ਪਦਵੀਆਂ ਜਿਨ੍ਹਾਂ ਪਦਵੀਆਂ ਦੇ ਸਾਹਮਣੇ ਰਾਜੇ ਵੀ ਸਿਰ ਝੁਕਾਉਂਦੇ ਸਨ, ਸਿਰ ਨਿਵਾਉਂਦੇ ਸਨ। ਬੇਨਤੀ ਕਰ ਰਿਹਾ ਸਾਂ ਕਿ ਇਸ ਤਰੀਕੇ ਨਾਲ, ਇਸ ਵਿਚਾਰ ਦੇ ਨਾਲ ਕੋਈ ਧਰਮ ਇੱਕ ਦਿਨ ਚੱਲੇਗਾ,
ਤੇ ਕੋਈ ਦੋ ਦਿਨ ਤੱਕ ਧਰਮ ਚੱਲੇਗਾ, ਦੋ ਦੋ ਦਿਨ ਤੱਕ ਧਰਮ ਚਲਾਉਣਗੇ। ਪਰ ਸਦੈਵੀ ਜਿਹੜਾ ਧਰਮ ਹੈ ਉਹ ਇੱਕ ਇੱਕ ਦਿਨ ਚੱਲਣ ਵਾਲਾ ਨਹੀਂ, ਦੋ ਦੋ ਦਿਨ ਚੱਲਣ ਵਾਲਾ ਨਹੀਂ। ਧਰਮ ਤਾਂ ਸਦੈਵੀ ਰਹਿਣ ਵਾਲਾ, ਧਰਮ ਦੀ ਸ਼ਕਤੀ ਹੈ, ਧਰਮ ਵਿੱਚ ਇੱਕ ਬਲ ਹੈ। ਮਨੁੱਖ ਦਾ ਸਰੀਰ ਕੱਟਿਆ ਜਾਵੇ, ਸਿਰ ਵੀ ਕੱਟਿਆ ਜਾਵੇ, ਉਹਦੇ ਮਾਸ ਦੇ ਟੁਕੜੇ ਟੁਕੜੇ ਕਰਕੇ ਨੋਚ ਵੀ ਦਿੱਤੇ ਜਾਣ, ਅੱਗ ਵਿੱਚ ਵੀ ਜਲਾ ਦਿੱਤਾ ਜਾਵੇ, ਪਰ ਧਰਮ ਵਿੱਚ ਤਾਕਤ ਹੈ ਕਿ ਉਹ ਧਰਮ ਤੋਂ ਕੁਰਬਾਨ ਹੋਣ ਵਾਲੇ ਮਨੁੱਖ ਨੂੰ, ਧਰਮ ਵਿੱਚ ਰਹਿਣ ਵਾਲੇ ਮਨੁੱਖ ਨੂੰ ਹਮੇਸ਼ਾ ਹਮੇਸ਼ਾ ਲਈ ਜੀਵਤ ਕਰ ਦਿੰਦਾ, ਜ਼ਿੰਦਾ ਰੱਖਦਾ ਧਰਮ। ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਸ਼ਵੇਕ ਸਿੰਘ ਸਾਹਿਬ, ਅਣਗਿਣਤ ਸ਼ਖਸੀਅਤਾਂ, ਬਾਬਾ ਬੰਦਾ ਸਿੰਘ ਜੀ ਬਹਾਦਰ, ਅਣਗਿਣਤ ਸ਼ਖਸੀਅਤਾਂ ਜਿਹੜੀਆਂ ਨੇ ਉਹ ਜੀਵਤ ਨੇ, ਉਹ ਕਾਇਮ ਨੇ। ਪਰ ਕਿਸ ਆਸਰੇ? ਧਰਮ ਦੇ ਬਲ ਕਰਕੇ। ਧਰਮ ਨੇ ਉਹਨਾਂ ਨੂੰ ਸੰਸਾਰ ਵਿੱਚ ਹਮੇਸ਼ਾ ਲਈ ਕਾਇਮ ਰੱਖਿਆ ਹੋਇਆ। ਪਰ ਇੱਥੇ ਉਹ ਧਰਮਾਂ ਦੀ ਬਾਤ ਹੈ ਜਿਹੜੇ ਲੋਕ ਆਪਣੀ ਮਰਜ਼ੀ ਦਾ ਧਰਮ ਚਲਾਉਣਗੇ। ਦਿੱਲੀ ਵਿੱਚ ਇੱਕ ਨੌਜਵਾਨ ਬੱਚੇ ਨੇ ਇੱਕ ਲਹਿਰ ਸ਼ੁਰੂ ਕੀਤੀ। ਮਿਕਸਚਰ ਧਰਮ ਹੈ, ਜਿਵੇਂ ਕੋਈ ਮਿਕਸਚਰ ਹੁੰਦੀ ਹੈ, ਪੰਜ ਸੱਤ ਚੀਜ਼ਾਂ ਮਿਲਾ ਦਿਓ ਕਿ ਮਿਕਸਚਰ ਧਰਮ ਹੋ ਗਿਆ। ਅਖਬਾਰਾਂ ਵਾਲਿਆਂ ਨੇ ਉਸ 'ਤੇ ਫਿਰ ਜਵਾਬ ਸਵਾਲ ਕੀਤਾ ਕਿ ਧਰਮ ਤਾਂ ਮਿਕਸਚਰ ਹੋ ਹੀ ਨਹੀਂ ਸਕਦਾ, ਧਰਮ ਦੀ ਤਾਂ ਵੱਖਰੀ ਹੁੰਦਾ, ਧਰਮ ਦੀ ਤੇ ਪਹਿਚਾਣ ਹੀ ਵੱਖਰੀ ਹੈ। ਤਾਂਹੀਓ ਧਰਮ ਰੱਖਿਅਕ, ਜਗਤ ਰੱਖਿਅਕ ਸਤਿਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਮੌਕੇ ਤੇ ਮੁਖਾਤਬ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਨੇ ਹੁਕਮ ਕੀਤਾ ਸੀ, ਸਿੱਖ ਬੇਸ਼ੱਕ ਆਪਣੀ ਜ਼ੁਬਾਨੋਂ ਆਖੇ ਮੈਂ ਸਿੱਖ ਨਹੀਂ ਹਾਂ। ਅਸੀਂ ਵੀ ਕਹਿ ਦਈਏ ਅਸੀਂ ਸਿੱਖ ਨਹੀਂ ਹਾਂ, ਬੇਸ਼ੱਕ ਕਹਿ ਦਈਏ, ਕਈਆਂ ਮੌਕਿਆਂ ਤੇ ਲੋਕ ਕਹਿ ਦਿੰਦੇ ਨੇ ਅਸੀਂ ਸਿੱਖ ਨਹੀਂ ਹਾਂ। ਹਜ਼ੂਰ ਕਹਿਣ ਲੱਗੇ ਸਿੱਖ ਜ਼ੁਬਾਨੋਂ ਆਖੇ ਮੈਂ ਸਿੱਖ ਨਹੀਂ ਹਾਂ, ਪਰ ਮੈਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੂੰ ਐਸਾ ਰੂਪ ਦੇ ਦੇਣਾ, ਐਸੀ ਸ਼ਕਲ ਦੇ ਦੇਣੀ ਹੈ ਕਿ ਸਿੱਖ ਤਾਂ ਆਪਣੀ ਜ਼ੁਬਾਨੋਂ ਆਖੇ ਮੈਂ ਸਿੱਖ ਨਹੀਂ ਹਾਂ, ਪਰ ਲੋਕ ਉਂਗਲਾਂ ਕਰ ਕਰਕੇ ਕਹਿਣ ਉਹ ਸਿੱਖ ਜਾ ਰਿਹਾ, ਇਹ ਸਿੱਖ ਹੈ। ਆਪਣੇ ਆਪ ਤੋਂ ਇਨਕਾਰ ਕੀਤਿਆਂ ਵੀ ਜਿਹੜਾ ਸਿੱਖੀ ਤੋਂ ਮੁਕਰ ਨਾ ਸਕੇ, ਮੈਂ ਉਹ ਜਿਹਾ ਸਿੱਖ ਬਣਾ ਦੇਵਾਂਗਾ, ਮੈਂ ਐਸੇ ਸਿੱਖ ਦੀ ਸਾਧਨਾ ਕਰਾਂਗਾ। ਔਰ ਹਜ਼ੂਰ ਨੇ ਕਰ ਦਿੱਤੀ, ਐਸਾ ਸਿੱਖ ਉਹਨਾਂ ਨੇ ਸਾਜ ਦਿੱਤਾ, ਸਿੱਖ ਨੂੰ ਐਸਾ ਰੂਪ ਦੇ ਦਿੱਤਾ, ਐਸੀ ਸ਼ਕਲ ਦੇ ਦਿੱਤੀ ਕਿ ਉਹ ਮੁਕਰੇ ਵੀ ਤੇ ਤਾਂ ਵੀ ਲੋਕ ਉਹਦੇ ਤੇ ਇਤਬਾਰ ਨਹੀਂ ਕਰਨਗੇ, ਕਹਿਣਗੇ ਇਹ ਗੁਰੂ ਕਾ ਸਿੱਖ ਹੀ ਹੈ, ਇਹ ਗੁਰੂ ਕਾ ਸਿੱਖ ਹੈ। ਵਰਤਮਾਨ ਸਮੇਂ ਅੰਦਰ ਸਿੰਘ ਸ਼ਬਦ ਦੇਖਿਆ ਜਾਂਦਾ ਹੈ, ਵੀ ਉਹਦੇ ਨਾਂ ਦੇ ਪਿੱਛੇ ਸਿੰਘ ਲਫ਼ਜ਼ ਹੈ ਕਿ ਕੁਝ ਹੋਰ ਹੈ, ਪੂਰੀ ਪੜਚੋਲ ਹੁੰਦੀ ਹੈ, ਪੂਰੀ ਨਜ਼ਰ ਉਹਦੇ ਤੇ ਰੱਖੀ ਜਾਂਦੀ ਹੈ। ਸ਼ਾਇਦ ਹਜ਼ੂਰ ਦੇ ਉਹ ਬਚਨ ਜਿਹੜੇ ਨੇ ਉਹ ਅਟਲ ਹੋ ਰਹੇ ਨੇ, ਕਿਉਂਕਿ ਹੋਣੇ ਨੇ ਜੋ ਕੁਝ ਗੁਰੂ ਪਰਮੇਸ਼ਵਰ ਦਾ ਬਚਨ ਹੈ ਉਹਨੂੰ ਤੇ ਕੋਈ ਬਦਲ ਨਹੀਂ ਸਕਦਾ। ਇੱਥੇ ਉਹਨਾਂ ਧਰਮਾਂ ਦੇ ਮਿਟਣ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਮਿਕਸਚਰ ਧਰਮ ਹੋਣਗੇ ਤੇ ਆਪਣੀ ਮਰਜ਼ੀ ਨਾਲ ਬਣਾਏ ਹੋਣਗੇ। ਹਾਂਜੀ, ਫਿਰ ਪੜ੍ਹਨਾ ਹੈ ਪੰਕਤੀ। ਇੱਕ ਦਿਨ ਚੱਲੇ ਕੋਈ ਮਤ, ਇੱਕ ਦਿਨ ਤੱਕ ਚੱਲੇਗਾ ਕੋਈ ਧਰਮ, ਇੱਕ ਦਿਨ ਤੱਕ ਦੁਨੀਆਂ 'ਤੇ ਰਹੇਗਾ। ਦੋਏ ਦਿਓ ਚਲਾਏਂਗੇ, ਤੇ ਕੁਝ ਲੋਕ ਦੋ ਕੁ ਦਿਨਾਂ ਤੱਕ ਕਿਸੇ ਧਰਮ ਨੂੰ ਚਲਾ ਲੈਣਗੇ, ਇੱਕ ਇੱਕ ਦਿਨ ਦਾ ਧਰਮ ਤੇ ਦੋ ਦੋ ਦਿਨ ਦਾ ਧਰਮ ਹੋ ਜਾਵੇਗਾ। ਇਸ ਤਰੀਕੇ ਨਾਲ ਇਹ ਚੱਲਦਾ ਰਹੇਗਾ, ਇਸ ਤਰੀਕੇ ਨਾਲ ਤਬਦੀਲੀ ਹੁੰਦੀ ਰਹੇਗੀ। ਤੇ ਜਿਹੜੇ ਰਾਜੇ ਹੋਣਗੇ, ਜਿਹੜੇ ਆਪਣੀ ਪ੍ਰਜਾ, ਆਪਣੇ ਲੋਕਾਂ, ਆਪਣੇ ਦੇਸ਼ ਦੇ ਸੰਬੰਧ ਵਿੱਚ ਇਸ ਯਤਨ ਵਿੱਚ ਰਹਿੰਦੇ ਨੇ ਕਿ ਸਾਡੇ ਮੁਲਕ ਦੇ ਲੋਕਾਂ ਨੂੰ ਵੱਧ ਤੋਂ ਵੱਧ ਸੁੱਖ ਪ੍ਰਾਪਤ ਹੋਵੇ, ਲੋਕ ਖੁਸ਼ਹਾਲ ਹੋਣ, ਉਹ ਰਾਜੇ ਐਸੇ ਹੋਣਗੇ ਆਉਣ ਵਾਲੇ ਵਕਤ ਵਿੱਚ ਕਿ ਕਰੋੜਾਂ ਕਰੋੜਾਂ ਦੀ ਗਿਣਤੀ ਵਿੱਚ ਧਨ ਇਕੱਠਾ ਕਰ ਲੈਣਗੇ। ਤੀਸਰੇ ਦਿਨ ਵਿੱਚ ਉਹ ਰਾਜੇ ਹਕੂਮਤ ਕਰਕੇ ਚਲੇ ਜਾਣਗੇ, ਮਿਟ ਜਾਣਗੇ। ਇੱਕ ਐਸਾ ਵਕਤ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਦੇ ਹੇਠ, ਪੰਥ ਦੀ ਜਮਾਤ ਦੇ ਪ੍ਰਬੰਧ ਹੇਠ ਕਦੇ ਸਰਦਾਰ ਲਕਸ਼ਮਣ ਸਿੰਘ ਗਿੱਲ ਚੀਫ ਮਿਨਿਸਟਰ ਬਣ ਜਾਂਦੇ ਸਨ ਤੇ ਕਦੇ ਸਰਦਾਰ ਗੁਰਨਾਮ ਸਿੰਘ ਜੀ। ਇੱਕ ਸੱਡਾ ਹੋਰ ਪਾਸੇ ਬਣਾ ਦਿੰਦਾ ਸੀ ਤੇ ਇੱਕ ਹੋਰ ਪਾਸੇ ਬਣਾ ਦਿੰਦਾ ਸੀ।
ਤਾਂ ਲੋਕ ਕਹਿ ਦਿੰਦੇ ਸਨ ਇੰਜ ਕਿਉਂ ਨੀ ਕਰ ਲੈਂਦੇ ਵੀ ਜਦੋਂ ਉਹ ਆਵੇ ਤੇ ਫਿਰ ਉਹੀ ਅੱਡਾ ਤੇ ਜਦੋਂ ਦੂਸਰਾ ਆਵੇ ਤੇ ਦੂਸਰਾ ਅੱਡਾ ਬਣ ਜਾਵੇ। ਇਸੇ ਹੀ ਤਰ੍ਹਾਂ ਰਾਜੇ ਜਿਹੜੇ ਨੇ ਕਰੋੜਾਂ ਕਰੋੜਾਂ ਦੀ ਗਿਣਤੀ ਵਿੱਚ ਧਨ ਇਕੱਠਾ ਕਰ ਕਰਕੇ ਤੀਸਰੇ ਦਿਨ ਮਿਟ ਜਾਣਗੇ, ਸਮਾਪਤ ਹੋ ਜਾਣਗੇ। ਸਾਡੇ ਦੇਸ਼ ਵਿੱਚ ਕੋਈ ਆਦਮੀ ਮਹੀਨਾ ਦੋ ਮਹੀਨੇ ਮਿਨਿਸਟਰ ਰਹਿ ਜਾਵੇ, ਸਾਰੀ ਉਮਰ ਜਾਂ ਉਹਦੇ ਪੁੱਤਾਂ ਪੁੱਤਰਿਆਂ ਨੂੰ ਕੰਮ ਕਰਨ ਦੀ ਫਿਰ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਉਹ ਇੰਨੇ ਕੁ ਦਿਨਾਂ ਵਿੱਚ ਹੀ ਕਾਫੀ ਕੁਝ ਬਣਾ ਜਾਂਦਾ ਹੈ। ਤੁਰ ਹਜ਼ੂਰ ਵਰਣਨ ਕਰ ਰਹੇ ਨੇ, ਰਾਜੇ ਕਹਿੰਦੇ ਨੇ ਕਰੋੜਾਂ ਕਰੋੜਾਂ ਰੁਪਏ ਦਾ ਧਨ ਇਕੱਠਾ ਕਰਕੇ ਜੋੜਨਗੇ, ਆਪਣੀ ਪ੍ਰਜਾ ਦਾ ਖੂਨ ਚੂਸਣਗੇ ਔਰ ਤੀਸਰੇ ਦਿਨ ਮਿਟ ਜਾਣਗੇ। ਹਾਂ, ਆ ਵਰਤਮਾਨ ਸਮੇਂ ਵਿੱਚ ਸਾਰੀ ਦੁਨੀਆਂ ਵਿੱਚ ਚਰਚਾ ਚੱਲਦਾ ਰਿਹਾ ਵੀ ਜਿਹੜੇ ਲੋਕ ਮੁਲਕ ਦੇ ਡਿਫੈਂਸ ਦੇ ਸੌਦੇ ਕਰਦੇ ਨੇ ਉਹ ਕਿਵੇਂ ਕਰੋੜਾਂ ਰੁਪਏ ਦੂਸਰੇ ਮੁਲਕਾਂ ਵਿੱਚ ਜਮ੍ਹਾਂ ਕਰ ਲੈਂਦੇ ਨੇ ਜੀ। ਫਿਰ ਹੋਰ ਹੋਰ ਮਤਾਂ ਦੇ ਤਾਈ ਚੁੱਕਣਾ ਕਰਨਗੇ, ਹੋਰ ਹੋਰ ਮਤਾਂ ਦਾ ਪ੍ਰਚਾਰ ਕਰਨਗੇ, ਜਿਵੇਂ ਰਾਧਾ ਸਵਾਮੀਆਂ ਦੀਆਂ ਚੇਲੀਆਂ, ਨਿਰੰਕਾਰੀਆਂ ਦੀਆਂ ਚੇਲੀਆਂ, ਚੇਲੇ ਘਰਾਂ ਘਰਾਂ ਵਿੱਚ ਜਾ ਕੇ ਕਹਿੰਦੇ ਨੇ ਭੈਣ ਜੀ ਇੱਕ ਵਾਰੀ ਜਾ ਕੇ ਤੇ ਦੇਖੋ। ਇੱਕ ਅੰਮ੍ਰਿਤਧਾਰੀ ਬੀਬੀ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀ ਵੀ ਕਹਿੰਦੀ ਸੁਣੀ ਗਈ, ਅਸੀਂ ਜੀ ਮੈਂ ਤਾਂ ਸਾਰੀ ਉਮਰ ਭੁੱਲ ਹੀ ਰਹੀ, ਅਸਲ ਗੁਰੂ ਤਾਂ ਕਿ ਮੈਨੂੰ ਹੁਣੇ ਹੀ ਮਿਲਿਆ, ਪਰ ਮਗਰੋਂ ਭੁੱਲ ਜਾਂਦੇ ਨੇ ਗੁਰਸ਼ਬਦ ਦੀ ਵਿਚਾਰਧਾਰਾ ਨੂੰ ਕਿ ਜ਼ਾਹਰਾ ਜ਼ਹੂਰ ਗੁਰੂ ਹਾਜ਼ਰਾ ਹਜ਼ੂਰ ਗੁਰੂ। ਤੁਸੀਂ ਅੰਦਾਜ਼ਾ ਲਾਓ ਕਿ ਗੁਰੂ ਗ੍ਰੰਥ ਸਾਹਿਬ ਜੀ ਕਿੱਡੇ ਵੱਡੇ ਗੁਰੂ ਨੇ, ਜਿਸ ਨੂੰ ਗੁਰੂਆਂ ਨੇ ਵੀ ਮੱਥਾ ਟੇਕਿਆ। ਗੁਰੂ ਗ੍ਰੰਥ ਸਾਹਿਬ ਤਾਂ ਏਡਾ ਵੱਡਾ ਗੁਰੂ ਹੈ ਕਿ ਜਿਸ ਨੂੰ ਗੁਰੂਆਂ ਨੇ ਵੀ ਮੱਥਾ ਟੇਕਿਆ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਮੱਥਾ ਨਹੀਂ ਟੇਕਿਆ। ਉਹ ਗੁਰੂ ਕਿੱਡਾ ਵੱਡਾ ਹੋਵੇਗਾ ਜਿਸ ਗੁਰੂ ਦੇ ਪਲੰਘੇ ਦੇ ਨੀਚੇ ਗੁਰੂ ਆਰਾਮ ਕਰਦੇ ਰਹੇ ਹੋਣ, ਗੁਰੂ ਸੌਂਦੇ ਰਹੇ ਹੋਣ। ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਸਾਹਿਬ। ਮਗਰ ਕਈ ਵਾਰੀ ਲੋਕ ਕਹਿ ਦਿੰਦੇ ਨੇ ਅਸੀਂ ਜੀ ਪਤਾ ਨੀ ਕੋਈ ਜਾਦੂ ਕਰ ਦਿੱਤਾ ਹੈ, ਪਤਾ ਨੀ ਕੀ ਸਿਰ ਵਿੱਚ ਧੂੜ ਦਿੱਤਾ ਹੈ। ਬਸ ਜਿਹੜਾ ਇੱਕ ਵਾਰੀ ਉਧਰ ਚਲਾ ਗਿਆ ਬਸ ਫਿਰ ਕੀ ਜਾਣੇ ਕਿ ਉਹ ਇੱਧਰ ਆ ਜਾਵੇ। ਅਸਲ ਵਿੱਚ ਦੁਨੀਆਂ ਦੀਆਂ ਸਹੂਲਤਾਂ, ਲੋਭ ਤੇ ਲਾਲਚ, ਬੱਚਿਆਂ ਨੂੰ ਪਦਵੀਆਂ ਅਹੁਦੇ ਔਰ ਹੋਰ ਕਈ ਚੀਜ਼ਾਂ ਜਦੋਂ ਦਿੱਤੀਆਂ ਜਾਂਦੀਆਂ ਨੇ, ਜਦੋਂ ਆਦਮੀ ਲੋਭ ਵਿੱਚ ਆ ਕੇ ਆਪਣੀ ਵਿਚਾਰਧਾਰਾ ਬਦਲਦਾ ਹੈ, ਉਹਨੂੰ ਬਦਲਣਾ ਬਹੁਤ ਔਖਾ ਹੋ ਜਾਂਦਾ ਹੈ, ਉਹਨੂੰ ਬਦਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਪ੍ਰੋਫੈਸਰ ਦਰਸ਼ਨ ਸਿੰਘ ਜੀ ਸਿੱਖੀ ਦਾ ਵਾਸਤਾ ਪਾਉਂਦੇ ਰਹੇ, ਅਕਾਲ ਤਖਤ ਦੇ ਸਤਿਕਾਰ ਦਾ ਵਾਸਤਾ ਪਾਉਂਦੇ ਰਹੇ, ਪੰਥ ਦੀ ਸ਼ਕਤੀ ਦਾ ਵਾਸਤਾ ਪਾਉਂਦੇ ਰਹੇ, ਪਰ ਜਿਹੜੇ MLA ਸਨ ਕੀ ਉਹਨਾਂ ਨੇ ਪ੍ਰਵਾਹ ਕੀਤੀ? ਪਿਆਲਾ ਖੋਲ ਸ੍ਰੀ ਵਾਹ। ਇਸੇ ਹੀ ਤਰ੍ਹਾਂ ਅਸੀਂ ਚੀਜ਼ਾਂ ਦੇਖ ਰਹੇ, ਇਸੇ ਹੀ ਤਰ੍ਹਾਂ ਗੁਰੂ ਮਹਾਰਾਜ ਦੀ ਸਿੱਖੀ ਨੂੰ ਛੱਡ ਕੇ ਜਿਹੜੇ ਲੋਕ ਦੂਸਰੇ ਪਾਸੇ ਜਾਂਦੇ ਨੇ ਉਹਨਾਂ ਨੂੰ ਬਹੁਤ ਲਾਲਚ ਦਿੱਤੇ ਜਾਂਦੇ ਨੇ ਤਾਂ ਜੋ ਲੋਕਾਂ ਵਿੱਚ ਇਹ ਗੱਲਾਂ ਪ੍ਰਚਾਰ ਸਕਣ, ਲੋਕਾਂ ਵਿੱਚ ਇਹ ਗੱਲਾਂ ਕਹਿ ਸਕਣ ਕਿ ਜੀ ਮੈਂ ਤਾਂ ਪਹਿਲਾਂ ਭੁਲੇਖੇ ਵਿੱਚ ਹੀ ਰਹੀ। ਇੱਕ ਵਾਰੀ ਜਾ ਕੇ ਤੇ ਦੇਖੋ, ਇੱਕ ਵਾਰੀ ਜਾਓਗੇ ਫਿਰ ਤੁਸੀਂ ਵੀ ਵਾਪਸ ਨਹੀਂ ਆਓਗੇ। ਤੋ ਬੇਨਤੀ ਕਰ ਰਿਹਾ ਸਾਂ, ਗੁਰੂ ਗ੍ਰੰਥ ਸਾਹਿਬ ਕਿੱਡਾ ਵੱਡਾ ਗੁਰੂ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਤਿਆਰ ਹੋਏ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪਲੰਘੇ ਤੇ ਆਰਾਮ ਕਰਨਾ ਬੰਦ ਕਰ ਦਿੱਤਾ। ਜਿਸ ਪਲੰਘੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੁੰਦਾ ਸੀ ਉਹਦੇ ਨੀਚੇ ਕੋਈ ਗਦਾ ਵਿਛਾ ਕੇ ਨਹੀਂ, ਕੋਈ ਤਲਾਈ ਜਾਂ ਸੁੰਦਰ ਕਲੀਨ ਵਿਛਾ ਕੇ ਨਹੀਂ, ਇੱਕ ਖੱਦਰ ਦੀ ਚਾਦਰ ਵਿਛਾ ਕੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਨੀਚੇ ਆਰਾਮ ਕਰਿਆ ਕਰਦੇ ਸਨ। ਪਿਆਲਾ ਖੋਲ ਸ੍ਰੀ, ਏਡਾ ਵੱਡਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਵੀ ਜਿਹੜੇ ਸਿੱਖ ਘਰਾਣਿਆਂ ਵਿੱਚ ਪੈਦਾ ਹੋ ਕੇ ਇਹ ਗੱਲ ਆਖਣ ਜੀ ਅਸਲ ਗੁਰੂ ਤਾਂ ਮੈਨੂੰ ਹੁਣ ਲੱਭਾ, ਪਹਿਲਾਂ ਤਾਂ ਮੈਂ ਭੁਲੇਖੇ ਵਿੱਚ ਹੀ ਰਹੀ, ਪਰ ਉਹ ਜਿਹੜੇ ਗੁਰੂ ਗੁਰੂ ਹੋਣ ਦਾ ਦਾਅਵਾ ਕਰਦੇ ਨੇ ਉਹਨਾਂ ਨੂੰ ਕਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਉਂ ਪੜ੍ਹਦੇ ਨੇ, ਉਹਨਾਂ ਨੂੰ ਕਹੋ ਭਾਈ ਗੁਰਦਾਸ ਜੀ ਦੀ ਵੀ ਬਾਣੀ ਛੱਡ ਦੇਣ, ਫਿਰ ਦੇਖਾਂਗੇ ਕਿੰਨੇ ਕੁ ਲੋਕ ਉਹਨਾਂ ਦੇ ਕੋਲ ਜਾਂਦੇ ਨੇ, ਕਿੰਨੇ ਕੁ ਲੋਕ ਉਹਨਾਂ ਨੂੰ ਗੁਰੂ ਮੰਨਦੇ ਨੇ।
ਤੋਂ ਬੇਨਤੀ ਕੀਤੀ ਜਾ ਰਹੀ ਸੀ, ਜਿਸ ਨੂੰ ਗੁਰੂਆਂ ਨੇ ਵੀ ਆਪਣਾ ਗੁਰੂ ਮੰਨਿਆ। ਸਾਡੇ ਇਤਿਹਾਸ ਵਿੱਚ ਦੋ ਘਟਨਾਵਾਂ ਤੋਂ ਵੱਧ ਹੋਰ ਐਸੀਆਂ ਘਟਨਾਵਾਂ ਨਹੀਂ ਮਿਲਦੀਆਂ ਕਿ ਗੁਰੂ ਦਾ ਗੁਰੂ ਦੇ ਸਤਿਕਾਰ ਵਿੱਚ ਸਿੱਖ ਇਤਨਾ ਨੀਵਾਂ ਹੋ ਜਾਵੇ। ਸਾਰਾ ਕੁਝ ਕੁਰਬਾਨ ਕਰਕੇ ਜਦੋਂ ਦਸ਼ਮੇਸ਼ ਪਿਤਾ ਜੀ ਮੁਕਤ ਸਾਹਿਬ ਖਿਦਰਾਣੀ ਦੀ ਧਰਤੀ ਤੇ ਬਖਸ਼ਿਸ਼ ਕੀਤੀ, 40 ਮੁਕਤੇ ਬਖਸ਼ ਲੈ, ਮੁਕਤੀ ਦੀ ਪਦਵੀ ਦੇ ਦਿੱਤੀ, ਤੇ ਫਿਰ ਪਹੁੰਚੇ ਸਾਬੋ ਕੀ ਦਲਵੰਡੀ, ਜਿਸ ਨੂੰ ਅੱਜ ਅਸੀਂ ਸਤਿਕਾਰ ਨਾਲ ਗੁਰੂ ਕੀ ਕਾਸ਼ੀ ਕਹਿੰਦੇ, ਜਿੱਥੇ ਗੁਰੂ ਜੀ ਨੇ ਆਖਿਆ ਸੀ ਇਹ ਸਿੱਖ ਧਰਮ ਦੀ ਕਾਸ਼ੀ ਹੋਵੇਗੀ, ਇੱਥੇ ਮੇਰੇ ਵਿਦਵਾਨ ਸਿੱਖ ਪੈਦਾ ਹੋਣਗੇ, ਇੱਥੇ ਟਕਸਾਲ ਕਾਇਮ ਕੀਤੀ ਗਈ। ਕੱਲ ਮਨਜੀ ਕੁਝ ਕਹਿ ਰਹੇ ਸਨ, ਟਕਸਾਲ ਦੀ ਕੁਝ ਬਾਤ ਕਰੋ ਪਿਆਰ ਨਾਲ ਖੋ ਸ੍ਰੀ ਮਾਨ, ਸਾਨੂੰ ਤਾਂ ਬਾਈ ਟਕਸਾਲ ਵਿੱਚੋਂ ਬਹੁਤ ਪਹਿਲਾਂ ਪੜੇ ਹੋਏ ਸਮਝਿਆ ਜਾਂਦਾ, ਪਿਆਰ ਨਾਲ ਖੋ ਸ੍ਰੀ ਮਾਨ। ਫਿਰ ਵੀ ਅਰਜ਼ ਕਰਾਂਗਾ, ਬੇਨਤੀ ਕਰਾਂਗਾ, ਪਰ ਕਿਸੇ ਦੇ, ਕਿਉਂਕਿ ਸਾਰੀ ਉਮਰ ਤਾਂ ਕੋਈ ਵੀ ਬੱਚਾ ਕਾਲਜ ਵਿੱਚ ਨਹੀਂ ਪੜ੍ਹਦਾ ਰਹਿੰਦਾ, ਡਿਗਰੀਆਂ ਲੈ ਕੇ ਬਾਹਰ ਚਲੇ ਜਾਂਦੇ ਨੇ, ਡਿਗਰੀਆਂ ਲੈ ਕੇ ਚਲੇ ਜਾਂਦੇ ਨੇ, ਪਰ ਇੱਕ ਉਹਨਾਂ ਦੀ ਲਗਨ, ਇੱਕ ਉਹਨਾਂ ਦੀ ਭਾਵਨਾ ਨਹੀਂ ਮਿਟਦੀ ਹੁੰਦੀ ਜਿੱਥੋਂ ਉਹਨਾਂ ਨੂੰ ਨਵਾਂ ਜੀਵਨ ਤੇ ਜ਼ਿੰਦਗੀ ਪ੍ਰਾਪਤ ਹੁੰਦੀ ਹੈ। ਕਹਿ ਲੱਖੋ ਸ੍ਰੀ ਵਾਹ, ਜਿਹੜੇ ਵੀ ਵਿਦਿਆਰਥੀ ਪੜ੍ਹ ਕੇ ਚਲੇ ਗਏ ਹੈ ਤਾਂ ਉਹ ਟਕਸਾਲ ਦੇ ਵਿਦਿਆਰਥੀ, ਭਾਵੇਂ ਕੋਈ ਪ੍ਰਵਾਨ ਕਰੇ ਜਾਂ ਨਾ ਪ੍ਰਵਾਨ ਕਰੇ। ਕਈ ਵਾਰੀ ਐਸਾ ਵੀ ਹੁੰਦਾ ਇੱਕ ਭਰਾ ਸ਼ਹਿਰ ਵਿੱਚ ਰਹਿਣ ਲੱਗ ਜਾਵੇ ਤੇ ਇੱਕ ਪਿੰਡ ਵਿੱਚ ਰਹਿਣ ਲੱਗ ਜਾਵੇ, ਤੇ ਕਿਤੇ ਟਾਈਮ ਨਾਲ ਘਰ ਮਿਲਣ ਵਾਸਤੇ ਆਵੇ, ਉਹ ਸ਼ਹਿਰੀ ਭਰਾ ਦੇ ਪੁੱਤਰ ਜਿਹੜੇ ਹੁੰਦੇ ਨੇ ਨਾ, ਉਹ ਚਾਚੇ ਨੂੰ ਆਪਣਾ ਚਾਚਾ ਨਹੀਂ ਸਮਝਦੇ ਹੁੰਦੇ, ਪਿਆਰ ਲੱਖੋ ਸ੍ਰੀ ਵਾਹ। ਮਗਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਭਰਾ ਦੇ ਭਰਾ ਹੋਰ ਹੈ, ਨਹੀਂ, ਭਰਾਵਾਂ ਨਾਲ ਹੀ ਭਰਾਵਾਂ ਦੀ ਸੋਭਾ ਤੇ ਵਡਿਆਈ ਹੁੰਦੀ। ਬੇਨਤੀ ਕਰ ਰਿਹਾ ਸਾਂ, ਜਿਹੜੇ ਵਿਦਿਆਰਥੀ ਪੜ੍ਹ ਕੇ ਅੱਧਾ ਅੱਧਾ ਜੀਵਨ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਗੁਜ਼ਾਰ ਕੇ ਗਏ ਨੇ, ਹੈ ਤਾਂ ਉਹ ਟਕਸਾਲ ਦੇ ਵਿਦਿਆਰਥੀ, ਵਰਤਮਾਨ ਸਮੇਂ ਦੇ ਵਿਦਿਆਰਥੀ, ਵਰਤਮਾਨ ਸਮੇਂ ਦੇ ਵਿਦਿਆਰਥੀ ਨੇ, ਪਰ ਟਕਸਾਲ ਵਿੱਚ ਪੜ੍ਹਨ ਤੋਂ ਬਿਨਾਂ, ਟਕਸਾਲ ਵਿੱਚ ਰਹਿਣ ਤੋਂ ਬਿਨਾਂ ਕੋਈ ਟਕਸਾਲੀ ਨਹੀਂ ਹੋ ਸਕਦਾ। ਪਿਆਰ ਲੱਖੋ ਸ੍ਰੀ।